ਬੰਦੇ ਨੂੰ ਤੁਰਨਾ ਸਿਖਾਉਂਦਿਆਂ ਨੇ ਇਹ ਮੁਸ਼ਕਲਾਂ ਹੀ ਨੇ ਜੋ ਬੰਦੇ ਨੂੰ ਕਾਬਿਲ ਬਣਾਉਂਦੀਆਂ ਨੇ ਬੈਠ ਨਾ ਜਾਇਓ ਰਾਹਾਂ ਵਿੱਚ ਹਿੰਮਤ ਹਾਰ ਕੇ ਕਿਉਂਕਿ ਇੱਕ ਕੋਸ਼ਿਸ਼ਾਂ ਹੀ ਨੇ ਜੋ ਅਖੀਰ ਤੇ ਸਾਨੂੰ ਮੰਜ਼ਲ ਤੇ ਪਹੁੰਚਾਉਂਦੀਆਂ ਨੇ ਅਸਿਸਟੈਂਟ ਕਹਿੰਦੇ ਜਾਂਦੇ ਨੇ ਕਿ ਲੋਕ ਆਲੇ ਦੁਆਲੇ ਖੜ ਕੇ ਦੰਦਾ ਥੱਲੇ ਉਂਗਲੀਆਂ ਦੇ ਦਿੰਦੇ ਨੇ ਤੁਸੀਂ ਮੈਂ ਸਟੰਡ ਕਰ ਦੇਖ ਰਹੀ ਸੀ ਕਿ ਤੁਹਾਡੇ ਇਕ ਲਤ ਇੱਥੇ ਸੀ ਇੱਕ ਦੂਸਰੇ ਪਾਸੇ ਸੀ ਉਹ ਵੀ ਬੜਾ ਅੱਕਾ ਜਾਂਦਾ ਕਿ ਹਾਂ ਇਹ ਫਿਰ ਤੁਸੀਂ ਜਦੋਂ ਸਿੱਖਣਾ ਸਿੱਖਣਾ ਸ਼ੁਰੂ ਕੀਤਾ ਤਾਂ ਕਿ ਕਿਦਾਂ ਸਿੱਖਿਆ ਕਿ ਇਸ ਚੀਜ਼ ਨੂੰ ਮੈਂ ਸਿੱਖਿਆ ਜਦੋਂ ਜੰਪ ਕਰਕੇ ਅੱਗੇ ਬੈਠ ਜਾਣਾ ਉਹ ਇਹ ਕਿਦਾਂ ਕਰਦੇ ਹੋ ਵੀਲੀ ਮੈਂ ਦੱਸ ਦੇਣਾ ਬਾਈਕ ਨੂੰ ਇੱਕ ਟਾਇਰ ਦੇ ਉੱਪਰ ਮਤਲਬ ਕੰਟੀਨਿਊਸਲੀ ਚਲਾਣਾ ਉਹਨੂੰ ਵੀਲੀ ਬੋਲ ਦਿੰਦੇ ਆ ਸੋ بیس ਆਫ ਸਟੰਟ ਰਾਈਡਿੰਗ ਬੋਲ ਸਕਦੇ ਆ ਉਹਨੂੰ ਕਿ ਸਟੰਟ ਰਾਈਡਿੰਗ ਦਾ بیس ਹੈ ਉਹ ਸੋ ਉਹ ਚੀਜ਼ ਮੈਂ ਸਭ ਤੋਂ ਪਹਿਲਾਂ ਸਟਾਰਟ ਕੀਤੀ ਉਸ ਤੋਂ ਬਾਅਦ ਮਤਲਬ ਧੀਰੇ ਧੀਰੇ ਮੈਨੂੰ ਬ੍ਰੇਕਿੰਗ ਸਮਝ ਆ ਗਈ ਕਿ ਬ੍ਰੇਕਿੰਗ ਕਿੱਦਾਂ ਹੁੰਦੀ ਹੈ ਕਿਉਂਕਿ ਇਹਦੇ ਵਿੱਚ ਸਟੰਟ ਰਾਈਡਿੰਗ ਦੇ ਵਿੱਚ ਬ੍ਰੇਕਿੰਗ ਦੀ ਹੀ ਖੇਡ ਹੈ ਸੋ ਬ੍ਰੇਕਿੰਗ ਸਮਝ ਆਈ ਫਿਰ ਹੌਲੀ 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 ਫਿਰ ਅੱਗੇ ਵਧਦਾ ਗਿਆ ਫਿਰ ਕੁਝ ਇੰਟਰਨੈਸ਼ਨਲ ਟ੍ਰਿਕਸ ਨੇ ਜਿੱਦਾਂ ਯੂਨੀਸਾਈਕਲ ਹੋ ਗਿਆ ਫਲੈਟ ਲੈਂਡ ਹੋ ਗਿਆ ਸੋ ਜਿੱਦਾਂ ਕਿ ਵੀਡੀਓਜ਼ ਦੇ ਵਿੱਚ ਦਿਖਾਇਆ ਸੋ ਐਦਾਂ ਹੀ ਫਿਰ ਮੈਂ ਕਰਦਾ ਰਿਹਾ ਕਰਦਾ ਰਿਹਾ ਉਸ ਤੋਂ ਬਾਅਦ ਬਸ ਇੱਥੇ ਤੱਕ ਪਹ ਸਟਾਰਟ ਕੀਤਾ ਸੀ ਕਿਹੜੀ ਬਾਈਕ ਤੇ ਸਿੱਖਿਆ ਸਦੋ ਸਟਾਰਟਿੰਗ ਮੇਰੇ ਕੋਲ ਸੀਡੀ 100 ਤੋਂ ਕੀਤੀ ਸੀਗੀ ਜੀ ਸੀਡੀ 100 ਸੀ ਮੇਰੇ ਕੋਲ ਹੀਰੋ ਹੋਂਡਾ ਦਾ 100 ਸੀਸੀ ਬਾਈਕ ਸੋ ਉਹਦੇ ਤੋਂ ਸਟਾਰਟਿੰਗ ਕੀਤੀ ਸੀ ਉਸ ਟਾਈਮ ਪਤਾ ਨਹੀਂ ਸੀ ਹੁੰਦਾ ਕਿ ਕਿਹੜੀ ਬਾਈਕ ਤੁਹਾਡੇ ਲਈ ਰਾਈਡਿੰਗ ਲਈ ਬੈਸਟ ਹੈ ਜਿੱਦਾਂ ਹੁਣ ਮੈਂ ਇਦਾਂ ਇਹਨੂੰ ਟੈਂਕ ਨੂੰ ਕੱਟਿਆ ਹੋਇਆ ਠੀਕ ਹੈ ਇਦਾਂ ਕੱਟ ਕੇ ਇਹਨੂੰ ਤੇ ਬਣਾਇਆ ਹੋਇਆ ਤਾਂ ਇਹ ਮਤਲਬ ਇਹਨੂੰ ਕਈ ਹਾਇਰ ਸਟੱਫ ਕਰਨ ਦੇ ਲਈ ਮੈਨੂੰ इजीली ਰਹਿੰਦਾ ਠੀਕ ਹੈ ਸੋ ਇਹਦੇ ਕਰਕੇ ਫਿਰ ਇਹ ਮੈਂ ਕਾਫੀ ਮੋਡੀਫਿਕੇਸ਼ਨ ਕੀਤੀ ਸੋ ਇਹਦੇ ਨਾਲ ਮੈਂ ਕਾਫੀ ਜਿਹੜੀ ਸਾਈਡ ਤੇ ਪਾਈਪਾਂ ਦੇਖ ਰਹੇ ਹਾਂ ਇਹ ਕ੍ਰੈਸ਼ ਗਾਰਡਸ ਨੇ ਆਮ ਬੰਦੇ ਲਈ ਇਹ ਪਾਈਪਸ ਨੇ ਬਟ ਇਹ ਕ੍ਰੈਸ਼ ਗਾਰਡਸ ਨੇ ਜਿੱਦਾਂ ਬਾਈਕ ਡਿੱਗਦੀ ਹੈ ਠੀਕ ਹੈ ਤਾਂ ਇਹ ਕ੍ਰੈਸ਼ ਤੋਂ ਬਚਾ ਲੈਂਦਾ ਬਾਈਕ ਨੂੰ ਨੁਕਸਾਨ ਨਹੀਂ ਹੋਣ ਦਿੰਦਾ ਇਹਦੀ ਸਰਟਫਿਟ ਵੱਜੀਦਾ ਰਾਈਡ ਕਰਦੇ ਹੋਏ ਹਾਂਜੀ ਲੱਗ ਜਾਂਦੀ ਹੈ ਜਿੱਦਾਂ ਮੇ ਵੇਨ ਪੰਕਚਰ ਹੋ ਗਈ ਸੀ ਮੇਨ ਵੇਨ ਪੰਕਚਰ ਹੋ ਗਈ ਸੀ ਸੋ ਉਦੋਂ ਮੈਂ ਡਰ ਗਿਆ ਸੀਗਾ ਕਿ ਇਹ ਕਿਦਾਂ ਹੋ ਗਿਆ ਬਟ ਖੈਰ ਜਿਆਦਾ ਨਹੀਂ ਇੰਜਰੀ ਹੋਈ ਬੱਚਤ ਹੋ ਗਈ ਉਹ ਕਰਦਿਆਂ ਨੂੰ ਫਿਰ ਇੱਕ ਡਰ ਹੁੰਦਾ ਹੀ ਹੈ ਵੀ ਆਪਾਂ ਇਹ ਚੀਜ਼ ਕਰ ਰਹੇ ਆ ਇੱਕ ਡੇਂਜਰਸ ਐਕਟ ਆਪਾਂ ਕਰ ਰਹੇ ਆ ਸੋ ਉਹਦੇ ਨਾਲ ਗਜਾਨ ਨੂੰ ਉਹਨਾਂ ਨੂੰ ਨੁਕਸਾਨ ਹੋ ਜਾਏ ਫਾਦਰ ਸਾ ਮੇਰੇ ਮਤਲਬ ਪੁਲਿਸ ਡਿਪਾਰਟਮੈਂਟ ਦੇ ਵਿੱਚ ਨਹੀਂ ਐਸੇ ਨੇ ਸੋ ਉਹਨਾਂ ਦਾ ਰੋਕਣਾ ਫਿਰ ਪਰਚ ਬੰਦਾਈ ਸੀ ਬਟ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਇਹ ਮੁੰਡਾ ਸਾਡਾ ਸਹੀ ਰਸਤੇ ਪਿਆ ਹੋਇਆ ਹੈ ਕੋਈ ਇਦਾਂ ਦੇ ਕੋਈ ਨਸ਼ੇ ਨਹੀਂ ਕਰ ਰਿਹਾ ਜਾਂ ਕੁਝ ਉਦਾਂ ਦੇ ਨੀ ਚੀਜ਼ਾਂ ਕਰ ਰਿਹਾ ਤਾਂ ਫਿਰ ਉਹਨਾਂ ਨੇ ਮੈਨੂੰ ਸਪੋਰਟ ਕੀਤਾ ਕਿਉਂਕਿ ਮੈਂ ਕਈ ਜਿੱਦਾਂ Song ਵਗੈਰੇ ਦੇ ਵਿੱਚ ਕੰਮ ਕੀਤਾ ਫਿਰ ਉਦੋਂ ਬਾਅਦ ਉਹਨਾਂ ਨੂੰ ਹੌਸਲਾ ਮਿਲ ਗਿਆ ਕਿ ਹਾਂ ਸਾਡਾ ਮੁੰਡਾ ਸਹੀ ਰਾਹ ਤੇ ਚੱਲ ਰਿਹਾ ਹੈ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਦੇ ਜਾ ਰਹੇ ਕਿ ਜੋ ਸਾਨੂੰ ਬਹੁਤ ਉੱਚੇ ਲੈਵਲ ਤੇ ਜਾ ਸਕਦੀਆਂ ਜਾਂ ਸਾਡੇ ਵਰਗੇ ਐਨੇ ਪੰਜਾਬ ਦੇ ਗੱਬਰੂਆਂ ਦਾ ਹੁਨਰ ਜਿਹੜਾ ਇਹਨਾਂ ਵਿੱਚ ਦੱਬਿਆ ਰਹਿ ਜਾਏਗਾ ਇਹ ਚੀਜ਼ ਜਿਹੜੀ ਹੈ ਇਹ ਹਰ ਬੰਦੇ ਦੇ ਵਾਸਤੇ ਖੇਡਣੀ ਹੈ ਸਰਕਾਰ ਵੀ ਇਸ ਚੀਜ਼ ਨੂੰ ਨੋਟ ਕਰੇ ਤੇ ਸਾਨੂੰ ਸਪੋਰਟ ਕਰੇ ਇੱਕ ਪ੍ਰੋਪਰ ਸਾਨੂੰ ਟਰੈਕ ਦੇਵੇ ਜਿਹਦੇ ਵਿੱਚ ਅਸੀਂ ਇਸ ਚੀਜ਼ ਨੂੰ ਸ਼ੋਅ ਕਰ ਸਕੀਏ ਜਿੱਦਾਂ ਹੁਣ ਪਹਿਲਾਂ ਵੀ ਮੈਂ ਕਹਿ ਚੁੱਕਿਆ ਕਿ ਮੈਂ ਪੁਲਿਸ ਲਈ ਵੀ ਕਈ ਸ਼ੋਅਸ ਕਰ ਚੁੱਕਿਆ ਹਾਂ ਤਾਂ ਉੱਥੇ ਇਹ ਚੀਜ਼ ਲੀਗਲ ਹੋ ਸਕਦੀ ਹੈ ਤਾਂ ਇੰਡੀਆ ਦੇ ਵਿੱਚ ਵੈਸੇ ਵੀ ਲੀਗਲ ਹੋ ਸਕਦੀ ਹੈ ਜੇ ਚਾਵੇ ਸਰਕਾਰ ਤਾਂ ਜਿਹੜੇ ਆਮ ਲੋਕ ਜਿੱਦਾਂ ਆਪਾਂ ਦੇਖਦੇ ਆ ਕਿ ਬਿਨਾ ਹੈਲਮਟ ਤੋਂ ਰਾਈਡ ਕਰਦੇ ਨੇ ਠੀਕ ਹੈ ਜਿੱਦਾਂ ਆਪਾਂ ਹਾਈਵੇਜ਼ ਤੇ ਵੀ ਦੇਖਦੇ ਆ ਕਾਫੀ ਬਾਈਕ ਭਜਾਉਂਦੇ ਨੇ ਜਾਂ ਗੱਡੀਆਂ ਭਜਾਉਂਦੇ ਨੇ ਸੋ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਪਲੀਜ਼ ਤੁਸੀਂ ਜਿੱਦਾਂ ਹਾਈਡਰ ਮਤਲਬ ਬ੍ਰਾਈਟ ਨਾ ਕਰੋ ਜਦੋਂ ਨਾ ਭਜਾਓ ਬਾਈਕ ਨੂੰ ਠੀਕ ਹੈ ਜਾਂ ਉਦਾਂ ਗੱਡੀਆਂ ਨੂੰ ਨਾ ਭਜਾਓ ਤੇ ਪ੍ਰੋਪਰ ਸੇਫਟੀ ਦੇ ਨਾਲ ਤੁਸੀਂ ਰੋਡ ਦੇ ਉੱਪਰ ਚੱਲੋ ਕਿਉਂਕਿ ਟ੍ਰੈਫਿਕ ਪੁਲਿਸ ਜੇ ਤੁਹਾਨੂੰ ਰੋਕਦੀ ਹੈ ਤੁਹਾਡਾ ਚਲਾਨ ਹੋ ਸਕਦਾ ਹੈ ਤੇ ਤੁਸੀਂ ਉਸ ਚਲਾਨ ਤੋਂ ਬਚਣ ਦੇ ਵਾਸਤੇ ਹੈਲਮਟ ਨਹੀਂ ਪਾਣਾ ਜਾਂ ਸੀਟ ਬੈਲਟ ਨਹੀਂ ਲਾਣੀ ਸੇਫਟੀ ਯੂਜ਼ ਨਹੀਂ ਕਰਨੀ ਤੁਸੀਂ ਯੂਜ਼ ਕਰਨੀ ਹੈ ਆਪਦੀ ਸਿਹਤ ਲਈ ਚੋਕਰਾ ਹੀ ਨੇ ਜੋ ਬੰਦੇ ਨੂੰ ਤੁਰਨਾ ਸਿਖਾਉਂਦਿਆਂ ਨੇ ਇਹ ਮੁਸ਼ਕਲਾ ਹੀ ਨੇ ਜੋ ਬੰਦੇ ਨੂੰ ਕਾਬਿਲ ਬਣਾਉਂਦੀਆਂ ਨੇ ਬੈਠ ਨਾ ਜਾਇਓ ਰਾਹਾਂ ਵਿੱਚ ਹਿੰਮਤ ਹਾਰ ਕੇ ਕਿਉਂਕਿ ਇੱਕ ਕੋਸ਼ਿਸ਼ਾਂ ਹੀ ਨੇ ਜੋ ਅਖੀਰ ਤੇ ਸਾਨੂੰ ਮੰਜਲ ਤੇ ਪੰਚਾਂ ਦੀਆਂ ਨੇ ਸੱਚੇ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮੈਂ ਹਾਂ ਮਨਦੀਪ ਕੌਰ ਸੰਤੂ ਅੱਜ ਅਸੀਂ ਪਹੁੰਚੇ ਹੁਆ ਅਬੋਹਰ ਵਿਖੇ ਅਬੋਹਰ ਚ ਉਹ ਨੌਜਵਾਨ ਗੱਭਰੂ ਰਹਿੰਦਾ ਹੈ ਜਿਸ ਦੇ ਹਰ ਪਾਸੇ ਦੇਸ਼ਾ ਵਿਦੇਸ਼ਾਂ ਚ ਚਰਚੇ ਹੁੰਦੇ ਨੇ ਕਾਰਨ ਕੀ ਹੈ ਅੱਜ ਜਿਹੜੀਆਂ ਮੇਰੇ ਲੱਗੇ ਤੁਸੀਂ ਦੋ ਬਾਈਕ ਦੇਖ ਰਹੇ ਹੋ ਕਿ ਯਾਮਾ ਖੜਾ ਹੋਇਆ ਤੇ ਕਿ ਦੂਸਰੇ ਪਾਸੇ ਬਾਈਕਰ ਐ ਐਸੀ ਖੜੀ ਹੋਈ ਹੈ ਜਿਹਦੇ ਤੇ ਬਹੁਤ ਸਾਰੇ ਸਟੰਟ ਕੀਤੇ ਜਾਂਦੇ ਨੇ ਔਰ ਐਸੇ ਸਟੰਟ ਕੀਤੇ ਜਾਂਦੇ ਨੇ ਕਿ ਲੋਕ ਆਲੇ ਦੁਆਲੇ ਖੜਕੇ ਦੰਦਾ ਥੱਲੇ ਉਂਗਲੀਆਂ ਦੇ ਦਿੰਦੇ ਨੇ ਬਿਲਕੁਲ ਜੀ ਸਾਡੇ ਨਾਲ ਵਿਕਰਮ ਮੌਜੂਦ ਨੇ ਜਿਸ ਨੂੰ ਆਮ ਤੌਰ ਤੇ ਲੋਕ ਜਿਹੜੇ ਜਾਣਦੇ ਨੇ ਮਾਨ ਸਟੰਟ ਰਾਈਡਰ ਦੇ ਨਾਮ ਤੇ ਸਵਾਗਤ ਕਰਦੇ ਆ ਰੇਲੀ ਪੁਸ਼ਪ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਸਸ਼ੀਕਲ ਜੀ ਸਸ਼ੀਕਲ ਜੀ ਕੀ ਹਾਲ ਚਲ ਠੀਕ ਠਾਕ ਹਾਂ ਜੀ ਬਹੁਤ ਵਧੀਆ ਜੀ ਅਸੀਂ ਤੁਹਾਡਾ ਸਟੰਟ ਦੇਖੇ ਨੇ ਅਸਿਸਟੈਂਟਸ ਕੀ ਬਾਤ ਹੈ ਕਿ ਹੈਰਾਨ ਕਰ ਦੇਣ ਵਾਲੇ ਨੇ ਪਹਿਲਾਂ ਦ ਜਾਣਨਾ ਚਾਹਾਂਗੇ ਕਿ ਐਸੀ ਚੇਟਕ ਲੱਗੀ ਕਿਦਾਂ ਤੁਹਾਨੂੰ ਜਿੱਦਾਂ ਸਟਾਰਟਿੰਗ ਤੋਂ ਮੂਵੀਜ਼ ਵਗੈਰਾ ਦੇਖਦੇ ਸੀਗੇ ਤਾਂ ਉਦੋਂ ਮੂਵੀਜ਼ ਨੂੰ ਦੇਖ ਕੇ ਇੱਕ ਅੰਦਰ ਚੇਨਿੰਗ ਪੈਦਾ ਹੋ ਗਈ ਕਿ ਵੀ ਇਹ ਚੀਜ਼ ਕਰਨੀ ਹੈ ਹੂੰ ਅੱਛਾ ਤੇ ਜਦੋਂ ਸ਼ੁਰੂਆਤ ਕੀਤੀ ਸਭ ਤੋਂ ਪਹਿਲਾਂ ਕਹਿੰਦੇ ਕਿ ਇਹ ਠੋਕਰਾਂ ਬਹੁਤ ਲੱਗਦੀਆਂ ਹੁੰਦੀਆਂ ਜਦੋਂ ਮੈਂ ਸ਼ੁਰੂਆਤ ਕੀਤੀ ਹੈ ਨਾ ਤਾਂ ਅਕਸਰ ਘਰ ਦੇ ਵੀ ਪਹਿਲਾਂ ਮਨਾ ਕਰ ਦਿੰਦੇ ਨੇ ਕਿ ਮੁੰਡਾ ਖਾਸ ਤੌਰ ਤੇ ਹਨਾ ਕਿ ਇਦਾਂ ਦੇ ਨਾ ਹੀ ਕੁਝ ਸਟੰਟ ਕਰੇ ਬਿਕਾਜ਼ ਸੱਟ ਲੱਗ ਜਾਂਦੀ ਹੈ ਘਰਜਾਂ ਨੂੰ ਚਿੰਤਾ ਹੁੰਦੀ ਹੈ ਕਿ ਆਮ ਤੌਰ ਤੇ ਅਸੀਂ ਬਹੁਤ ਸਾਰੇ ਦੇਖਦੇ ਹਾਂ ਕਿ ਟ੍ਰਿਕ ਘਟਨਾਵਾਂ ਵਿੱਚ ਬ ਵਹੀਕਲ ਤੇ ਆਮ ਤੌਰ ਤੇ ਹੋ ਹੀ ਜਾਂਦੀਆਂ ਨੇ ਔਰ ਘਰ ਦੇ ਨੂੰ ਬੜੀ ਟੈਨਸ਼ਨ ਹੁੰਦੀ ਹੈ ਕਿ ਸਾਡਾ ਬੱਚਾ ਇਦਾਂ ਦੇ ਕੰਮ ਨਾ ਕਰੇ ਤਾਂ ਘਰ ਦੇ ਦੀ ਪਹਿਲਾਂ ਰੋਕ ਟੋਕ ਰਹੀ ਹੈ ਹਾਂਜੀ ਘਰਦਿਆਂ ਨੇ ਕਾਫੀ ਮਤਲਬ ਮੈਨੂੰ ਰੋਕਿਆ ਕਿ ਇਹ ਚੀਜ਼ ਨਹੀਂ ਕਰਨੀ ਇਹ 7 ਸਾਲ ਪਹਿਲਾਂ ਦੀ ਗੱਲ ਹੈ ਜੀ ਉਸ ਟਾਈਮ ਮੈਨੂੰ ਰੋਕਦੇ ਸੀ ਘਰ ਦੇ ਕਿ ਇਹ ਚੀਜ਼ ਤੂੰ ਨਹੀਂ ਕਰਨੀ ਵੀ ਸਟੰਟ ਰਾਈਡਿੰਗ ਇੱਕ ਕੋਈ ਨਾਰਮਲ ਚੀਜ਼ ਨਹੀਂ ਹੈ ਇਹ ਮਤਲਬ ਬਹੁਤ ਹੀ ਮਤਲਬ ਹਾਈ ਲੈਵਲ ਦੀ ਹੈ ਐਂਡ ਬਹੁਤ ਡਿਫਿਕਲਟ ਸੇ ਮਤਲਬ ਡਿਫਿਕਲਟੀਆਂ ਇਦੇ ਵਿੱਚ ਦੇਖਣ ਨੂੰ ਮਿਲਦੀਆਂ ਸੋ ਘਰਦਿਆਂ ਨੂੰ ਫਿਰ ਇੱਕ ਡਰ ਹੁੰਦਾ ਹੀ ਹੈ ਵੀ ਆਪਾਂ ਇਹ ਚੀਜ਼ ਕਰ ਰਹੇ ਆ ਇੱਕ ਡੇਂਜਰਸ ਐਕਟ ਆਪਾਂ ਕਰ ਰਹੇ ਆ ਸੋ ਉਹਦੇ ਨਾਲ ਜਾਨ ਨੂੰ ਨਾ ਨੁਕਸਾਨ ਹੋ ਜੇ ਸੋ ਇੱਕ ਬਾਕੀ ਇੱਕ ਆਮ ਫੈਮਿਲੀ ਤਾਂ ਰੋਕ ਸਕਦੀ ਹੈ ਇੱਕ ਮਤਲਬ ਬੋਲ ਸਕਦੇ ਕਿ ਫਾਦਰ ਸਾਹਿਬ ਮੇਰੇ ਮਤਲਬ ਪੁਲਿਸ ਡਿਪਾਰਟਮੈਂਟ ਦੇ ਵਿੱਚ ਨੇ ਐਸਐਸ ਨੇ ਸੋ ਉਹਨਾਂ ਦਾ ਰੋਕਣਾ ਫਿਰ ਫਰਜ ਬੰਦਾਈ ਸੀ ਬਟ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਇਹ ਮੁੰਡਾ ਸਾਡਾ ਸਹੀ ਰਸਤੇ ਪਿਆ ਹੋਇਆ ਕੋਈ ਇਦਾਂ ਦੇ ਕੋਈ ਨਸ਼ੇ ਨਹੀਂ ਕਰ ਰਿਹਾ ਜਾਂ ਕੁਝ ਉਹਦਾਂ ਦੇ ਨੀ ਚੀਜ਼ਾਂ ਕਰ ਰਿਹਾ ਤਾਂ ਫਿਰ ਉਹਨਾਂ ਨੇ ਮੈਨੂੰ ਸਪੋਰਟ ਕੀਤਾ ਕਿਉਂਕਿ ਮੈਂ ਕਈ ਜਿੱਦਾਂ Song ਵਗੈਰਾ ਦੇ ਵਿੱਚ ਕੰਮ ਕੀਤਾ ਫਿਰ ਉਦੋਂ ਬਾਅਦ ਉਹਨਾਂ ਨੂੰ ਹੌਸਲਾ ਮਿਲ ਗਿਆ ਕਿ ਹਾਂ ਸਾਡਾ ਮੁੰਡਾ ਸਹੀ ਰਾਹ ਤੇ ਜਾ ਰਿਹਾ ਹਾਂ ਕੀਆ ਬਾਤ ਹੈ ਜੀ ਅੱਛਾ ਫਾਦਰ ਸਾਹਿਬ ਪੰਜਾਬ ਪੁਲਿਸ ਵਿੱਚ ਨੇ ਤੇ ਮੁੰਡਾ ਇੱਧਰਲੇ ਪਾਸੇ ਹੈ ਨਾ ਇਹ ਜਦੋਂ ਤੁਸੀਂ ਕਹਿੰਦੇ ਕਿ ਸਾਨੂੰ ਕੋਈ ਨਾ ਕੋਈ ਪ੍ਰਭਾਵਿਤ ਕਰ ਤੁਸੀਂ ਅਸੀਂ ਫਿਲਮਾਂ 'ਚ ਦੇਖਦੇ ਸੀ ਹੈ ਨਾ ਟੀਵੀ ਸੀਰੀਅਲਸ ਦੇਖਦੇ ਸੀ ਪਰ ਕੋਈ ਤਾਂ ਐਮੇ ਦਾ ਬੰਦਾ ਹੋਵੇਗਾ ਜਿਹਨੂੰ ਦੇਖ ਕੇ ਕਿਹਾ ਕਿ ਮੈਂ ਇਹਦੇ ਵਰਗਾ ਜਾਂ ਜੇ ਤੂੰ ਬਿਹਤਰ ਬੰਨਾ ਹੈ ਜਾਂ ਇਹਦੋਂ ਤੋਂ ਥੋੜੀ ਸਿੱਖਿਆ ਲੈਣੀ ਹੈਗੀ ਆ ਅ ਜਿੱਦਾਂ ਆਪਾਂ ਦੇਖਦੇ ਹਾਂ ਹੁਣ YouTube ਵਗੈਰਾ ਦੇ ਉੱਪਰ ਤਾਂ ਉੱਥੇ ਕਾਫੀ ਮਤਲਬ ਬਾਹਰ ਦੇ ਰਾਈਡਰ ਨੇ ਇੰਡੀਆ ਤੋਂ ਬਾਹਰ ਵਾਲੇ ਰਾਈਡਰਸ ਨੇ ਤਾਂ ਉਹਨਾਂ ਨੂੰ ਵੀ ਦੇਖਿਆ ਤਾਂ ਉਹਨਾਂ ਨੂੰ ਦੇਖ ਕੇ ਲੱਗਿਆ ਕਿ ਹਾਂ ਇਹ ਚੀਜ਼ਾਂ ਕਰਨੀਆਂ ਇਹ ਕਰਨੀਆਂ ਚਾਹੀਦੀਆਂ ਬਹੁਤ ਹੀ ਮਤਲਬ ਮਤਲਬ ਹਰ ਬੰਦੇ ਲਈ ਤਾਂ ਨਹੀਂ इजीली ਨਹੀਂ ਹੈ इजीली ਨਹੀਂ ਹੈ ਬਟ ਖੈਰ ਕਹਿ ਸਕਦੇ ਆ ਕਿ ਉਸ ਤੋਂ ਬਾਅਦ ਬਸ ਇਸ ਚੀਜ਼ ਸਟਾਰਟ ਕਰ ਦਿੱਤੀ ਜਿੱਦਾਂ ਹੋਰ ਰਾਈਡਰਸ ਨੂੰ ਦੇਖਿਆ ਤੋ ਕੀ ਆ ਕਿ ਇਹ इजीली ਨਹੀਂ ਹੈਗਾ ਬਹੁਤ ਹਾਰਡ ਵਰਕ ਹੈਗਾ ਤੁਹਾਡਾ ਵਾਲਾ ਜਦੋਂ ਆਪਾਂ ਸ਼ੁਰੂਆਤ ਕਰਦੇ ਆ ਨਾ ਤਾਂ ਜਦੋਂ ਤੁਸੀਂ ਦੇ ਇੱਕ ਨਿੱਕੀ ਨਿੱਕੀ ਟਰਿਕ ਸਿੱਖਣੀ ਹੁੰਦੀ ਆ ਕਦੋਂ ਬ੍ਰੇਕ ਲਾਣੀ ਆ ਕਦੋਂ ਤੁਸੀਂ ਦੇ ਉੱਪਰ ਚੜਨਾ ਆ ਹਨਾ ਤਾਂ ਜਦੋਂ ਤੁਸੀਂ ਮੈਂ ਸਟੰਡ ਕਰਕੇ ਦੇਖ ਰਹੀ ਸੀ ਕਿ ਤੁਹਾਡੇ ਇੱਕ ਲੱਤ ਇੱਥੇ ਸੀ ਇੱਕ ਦੂਸਰੇ ਪਾਸੇ ਸੀ ਉਹ ਵੀ ਬੜਾ ਔਖਾ ਹੋ ਜਾਂਦਾ ਕਿ ਹਾਂ ਇਹ ਫਿਰ ਤੁਸੀਂ ਜਦੋਂ ਸਿੱਖਣਾ ਸਿੱਖਣਾ ਸ਼ੁਰੂ ਕੀਤਾ ਤਾਂ ਕਿ ਕਿਦਾਂ ਸਿੱਖਿਆ ਕਿ ਇਸ ਚੀਜ਼ ਨੂੰ ਮੈਂ ਸਿੱਖਣਾ ਜਦੋਂ ਜੰਪ ਕਰਕੇ ਅੱਗੇ ਬੈਠ ਜਾਣਾ ਉਹ ਇਹ ਕਿਦਾਂ ਕਰਦੇ ਹੋ ਤੁਸੀਂ ਇਹ ਬਸ ਇਦਾਂ ਹੀ ਜੀ ਇਹਨਾਂ ਨੂੰ ਕੰਬੋਸ ਬੋਲਦੇ ਨੇ ਏਡीडी ਚੀਜ਼ਾਂ ਕਰਦਾ ਮਤਲਬ ਇੱਥੋਂ ਸੀਟ ਤੋਂ ਜੰਪ ਕਰਕੇ ਟੈਂਕ ਤੇ ਚਲੇ ਜਾਣਾ ਟੈਂਕ ਤੋਂ ਫੇਰ ਵਾਪਸ ਸੱਲੇ ਆ ਜਾਣਾ ਤਾਂ ਇਹਨਾਂ ਨੂੰ ਕੰਬੋਸ ਬੋਲਦੇ ਆ ਸੋ ਇਹ ਬਸ ਇੱਕ ਪ੍ਰੈਕਟਿਸ ਮੇਕਸ ਏ ਮੈਨ ਪਰਫੈਕਟ ਜਦੋਂ ਆਪਾਂ ਪ੍ਰੈਕਟਿਸ ਕਰਦੇ ਰਹੇ ਨੇ ਕਿਸੇ ਵੀ ਚੀਜ਼ ਦੀ ਐਕਸ ਵਾਈ ਜ਼ेड ਕੋਈ ਵੀ ਹੈ ਜਦੋਂ ক্রিকেট ਹੈ ক্রিকেট ਪਹਿਲੇ ਦਿਨ ਤਾਂ ਨਹੀਂ ਬੰਦੇ ਨੂੰ ਆ ਜਾਂਦੀ ਫੁੱਟਬਾਲ ਪਹਿਲੇ ਦਿਨ ਨਹੀਂ ਆ ਜਾਂਦੀ ਆਪਾਂ ਪੜਨ ਜਾਂਦੇ ਆ ਪੜਨਾ ਤਾਂ ਨਹੀਂ ਪਹਿਲੇ ਦਿਨ ਆ ਜਾਂਦਾ ਸੋ ਜਸਟ ਲਾਈਕ ਦੈਟ ਕਿ ਫਸਟ ਟਾਈਮ ਕੁਝ ਵੀ ਨਹੀਂ ਹੁੰਦਾ ਜਦੋਂ ਆਪਾਂ ਕਿਸੇ ਚੀਜ਼ ਨੂੰ ਟਾਈਮ ਦਿੰਨੇ ਆ ਮੇਨ ਤੁਹਾਡਾ ਜੋ ਮੋਟੀਵੇਸ਼ਨ ਉਹਨਾਂ ਚੀਜ਼ਾਂ ਤੋਂ ਮਿਲਦਾ ਤੁਸੀਂ ਟਾਈਮ ਦਿਓ ਉਸ ਚੀਜ਼ ਨੂੰ ਠੀਕ ਹੈ ਤੁਹਾਡਾ ਡੈਡੀਕੇਸ਼ਨ ਇਹ ਚੀਜ਼ਾਂ ਤੁਹਾਡੀਆਂ ਸਾਰੀਆਂ ਇਕੱਠੀਆਂ ਹੋ ਕੇ ਇਹ ਚੀਜ਼ ਹੁੰਦੀ ਹੈ ਜੀ ਆ ਕਿੰਨੀ ਦੇਰ ਚ ਤੁਸੀਂ ਸਿੱਖਣਾ ਸ਼ੁਰੂ ਕਰਤਾ ਸੀ ਕਿੰਨੀ ਦੇਰ ਤੱਕ ਪਹਿਲਾ ਸਟੰਟ ਜਿਹੜਾ ਪਰਫੈਕਟ ਕਰ ਲਿਆ ਸੀ ਕਿੰਨੀ ਦੇਰ ਚ ਸਿੱਖ ਲਿਆ ਸੀਗਾ 7 ਸਾਲ ਪਹਿਲਾਂ ਦੀ ਗੱਲ ਹੈ ਜੀ ਫਸਟ ਜਿਹੜਾ ਸਟੰਟ ਹੈ ਉਹ ਮੈਂ ਵਿਲੀ ਕੀਤੀ ਸੀ ਉਹ ਉਸ ਤੋਂ ਬਾਅਦ ਵਿਲੀ ਤੋਂ ਬਾਅਦ ਵਿਲੀ ਮਿੰਟੂ ਸੇ ਕਿ ਹੁਣ ਜਿੱਦਾਂ ਆਮ ਲੋਕਾਂ ਨੂੰ ਨਹੀਂ ਪਤਾ ਕਿ ਵਿਲੀ ਕੀ ਹੁੰਦੀ ਹੈ ਵਿਲੀ ਮੈਂ ਦੱਸ ਦਿੰਨਾ ਬਾਈਕ ਨੂੰ ਇੱਕ ਟਾਇਰ ਦੇ ਉੱਪਰ ਮਤਲਬ ਕੰਟੀਨਿਊਸਲੀ ਚਲਾਣਾ ਉਹਨੂੰ ਵੀਲੀ ਬੋਲ ਦਿੰਦੇ ਆ ਸੋ ਬੇਸ ਆਫ ਸਟੰਟ ਰਾਈਡਿੰਗ ਬੋਲ ਸਕਦੇ ਆ ਉਹਨੂੰ ਕਿ ਸਟੰਟ ਰਾਈਡਿੰਗ ਦਾ ਬੇਸ ਹੈ ਉਹ ਸੋ ਉਹ ਚੀਜ਼ ਮੈਂ ਸਭ ਤੋਂ ਪਹਿਲਾਂ ਸਟਾਰਟ ਕੀਤੀ ਉਸ ਤੋਂ ਬਾਅਦ ਮਤਲਬ ਧੀਰੇ ਧੀਰੇ ਮੈਨੂੰ ਬ੍ਰੇਕਿੰਗ ਸਮਝ ਆ ਗਈ ਕਿ ਬ੍ਰੇਕਿੰਗ ਕਿੱਦਾਂ ਹੁੰਦੀ ਹੈ ਕਿਉਂਕਿ ਇਹਦੇ ਵਿੱਚ ਸਟੰਟ ਰਾਈਡਿੰਗ ਦੇ ਵਿੱਚ ਬ੍ਰੇਕਿੰਗ ਦੀ ਹੀ ਖੇਡ ਹੈ ਸੋ ਬ੍ਰੇਕਿੰਗ ਸਮਝ ਆਈ ਫਿਰ ਹੌਲੀ 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 ਫਿਰ ਅੱਗੇ ਵਧਦਾ ਗਿਆ ਫਿਰ ਕੁਝ ਇੰਟਰਨੈਸ਼ਨਲ ਟ੍ਰਿਕਸ ਨੇ ਜਿੱਦਾਂ ਯੂਨੀਸਾਈਕਲ ਹੋ ਗਿਆ ਫਲੈਟ ਲੈਂਡ ਹੋ ਗਿਆ ਸੋ ਜਿੱਦਾਂ ਕਿ ਵੀਡੀਓਜ਼ ਦੇ ਵਿੱਚ ਦਿਖਾਇਆ ਸੋ ਐਦ ਬਸ ਇੱਟ ਤੱਕ ਪਹੁੰਚ ਗਿਆ ਜੀ ਜਦੋਂ ਫਿਰ ਬਾਈਕ ਦੀ ਚੋਣ ਵਿੱਚ ਕਰਨੀ ਹੁੰਦੀ ਹੈ ਕਿ ਇਹ ਬਾਈਕ ਜਿਹੜੀ ਸੈਂਟਲੀ ਬੈਸਟ ਹੁੰਦੀ ਹੈ ਜਿਹੜੀ ਆਮ ਤੌਰ ਤੇ ਜਿਹੜੇ ਅਸੀਂ ਕਿਤੇ ਸ਼ਹਿਰ ਆਉਣਾ ਜਾਣਾ ਹੁੰਦਾ ਉਹ ਬਾਈਕ ਨਹੀਂ ਵਰਤੋ ਕਰਨੀ ਜਦੋਂ ਸਟਾਰਟ ਕੀਤਾ ਸੀ ਕਿਹੜੀ ਬਾਈਕ ਤੇ ਸਿੱਖਿਆ ਸੀਦੋ ਸਟਾਰਟਿੰਗ ਮੇਰੇ ਕੋਲ ਸੀਡੀ 100 ਤੋਂ ਕੀਤੀ ਸੀ ਜੀ ਸੀਡੀ 100 ਸੀ ਮੇਰੇ ਕੋਲ ਹੀਰੋ ਹੋਂਡਾ ਦਾ 100 ਸੀਸੀ ਬਾਈਕ ਸੋ ਉਹਦੇ ਤੋਂ ਸਟਾਰਟਿੰਗ ਕੀਤੀ ਸੀ ਉਸ ਟਾਈਮ ਪਤਾ ਨਹੀਂ ਸੀ ਹੁੰਦਾ ਕਿ ਕਿਹੜੀ ਬਾਈਕ ਤੁਹਾਡੇ ਲਈ ਰਾਈਡਿੰਗ ਲਈ ਬੈਸਟ ਹੈ ਸੋ ਫਿਰ ਹੌਲੀ ਹੌਲੀ ਪਤਾ ਲੱਗਿਆ ਸੀਡੀ 100 ਤੋਂ ਮੈਂ ਅਪਾਚੀ ਆਰਟੀਆਰ ਤੇ ਆਇਆ ਉਸ ਤੋਂ ਬਾਅਦ ਫਿਰ ਮੈਂ 220 ਪਲਸਰ ਲਈ ਜੀ ਮੈਂ বাজਾਜ ਵਾਲਿਆਂ ਦੀ ਫਿਰ ਇਹਦੇ ਤੇ ਕੀਤੇ ਫਿਰ ਹੁਣ ਇਹ ਮਤਲਬ ਕਾਫੀ ਪਾਵਰਫੁਲ ਬਾਈਕ ਹੈ ਅੱਛੀ ਲੱਗ ਰਹੀ ਹੈ ਹੁਣ ਮੈਂ ਸੋਚ ਰਹਾ ਕਿ ਇਦੇ ਤੋਂ ਵੀ ਅਪਗ੍ਰੇਡ ਕਰਕੇ ਕੋਈ ਹੋਰ ਬਾਈਕ ਲਈ ਜਾਵੇ। ਬਿਲਕੁਲ। ਅਜਿਦੋਂ ਤੁਸੀਂ ਮਿਹਨਤ ਕਰਦੇ ਰਹਿੰਦੇ ਹੋ ਨਾ ਤੁਹਾਡੀ ਚਰਚੇ ਹੋਣੀ ਸ਼ੁਰੂ ਹੋ ਜਾਂਦੇ ਆ। ਫਿਰ ਤੁਹਾਨੂੰ ਬਹੁਤ ਸਾਰੇ ਕਾਲ ਆਉਂਦੀ ਆ। ਵੱਡੀ ਵੱਡੀ ਟੀਵੀ ਚੱਲਣਾ ਤੋਂ ਉੱਪਰ ਕਿ ਹਾਂ ਜੀ ਅਸੀਂ ਤੁਹਾਡੇ ਤੋਂ ਐਡਸ ਕਰਵਾਉਣੀਆਂ ਨੇ ਜਾਂ ਫਿਰ ਤੁਸੀਂ ਬਹੁਤ ਸਾਰੇ ਜਿਹੜੇ ਹੋਰ ਵੀ ਫਿਲਮ ਸ਼ੂਟ ਕੀਤੀ ਹੋਈ ਹੈ ਤੁਸੀਂ ਹਨਾ ਤੇ ਗਾਣਿਆਂ ਵਿੱਚ ਵੀ ਤੁਸੀਂ ਆਏ ਹੋਏ। ਸੀਟੀਵੀ 18 ਹੀ ਸੀਟੀਵੀ 18 ਦੇ ਲਈ ਵੀ ਕੀਤਾ ਜੀ। ਹੋਰ ਕਈ ਮਤਲਬ ਸੌਂਗਸ ਦੇ ਵਿੱਚ ਵੀ ਕੀਤਾ ਜੀ। ਸੋ ਬਸ ਐਦਾਂ ਹੀ ਜਿੱਦਾਂ ਟਾਈਮਸ ਆਫ ਇੰਡੀਆ ਉਹਦੇ ਲਈ ਵੀ ਕਰ ਚੁੱਕੇ ਆ ਜੀ। ਤੇ ਮਤਲਬ ਐਦਾਂ ਕਾਲਸ ਆndੀਆਂ ਰਹਿੰਦੀਆਂ ਹੋਰ ਇਸ ਤੋਂ ਪਹਿਲਾਂ ਵੀ ਕਾਫੀ ਇੰਟਰਵਿਊਸ ਮੇਰੇ ਹੋ ਚੁੱਕੇ ਨੇ ਸੋ बस एक अपने आप ते प्राउड फील ਹੁੰਦਾ ਜੀ ਕਿ ਇਹ ਚੀਜ਼ ਸਹੀ ਚੁਣੀ ਹੈ ਤੇ ਸਹੀ ਰਾਹ ਤੇ ਜਾ ਰਹੇ ਹਾਂ ਜਦੋਂ ਪਹਿਲੀ ਵਾਰ ਕਿ ਤੋ ਕਾਲ ਆਈ ਹੈ ਨਾ ਕਿ ਅਸੀਂ ਤੁਹਾਨੂੰ ਲੈਣਾ ਆ ਵਿੱਚ ਟੀਵੀ ਦੇ ਲੈਣਾ ਆ ਜਾਂ ਕਿਸੇ ਐਡ ਤੁਸੀਂ ਸ਼ੂਟ ਕਰੋਗੇ ਹੈ ਨਾ ਉਦੋਂ ਯਕੀਨ ਆ ਗਿਆ ਕਿ ਮੈਨੂੰ ਕਾਲ ਆਇਆ ਵਾ ਅੱਛਾ ਮੈਂ ਅੱਜ ਜਿਹੜੀ ਮਿਹਨਤ ਕਰ ਰਿਹਾ ਹਾਂ ਉਹ ਮੇਰੀ ਮਿਹਨਤ ਦਿਖ ਰਹੀ ਹੈ ਔਰ ਅੱਜ ਮੈਂ ਇੱਕ ਵੱਡੇ ਲੈਵਲ ਤੇ ਪਹੁੰਚਾਂਗਾ ਬਿਲਕੁਲ ਬਿਲਕੁਲ ਜੀ ਜਦੋਂ ਫਸਟ ਟਾਈਮ ਮੈਨੂੰ ਕਾਲ ਆਈ ਸੀ ਤੋਂ ਉਦੋਂ ਮੈਨੂੰ ਬਹੁਤ ਹੀ ਅੱਛਾ ਲੱਗਿਆ ਸੀਗਾ ਕਿ ਹਾਂ ਕਿ ਇਸ ਸਟੰਟ ਰਾਈਡਿੰਗ ਬਿਲਕੁਲ ਛੋਟੇ ਜਿਹੇ بیس ਤੋਂ ਸਟਾਰਟ ਕੀਤੀ ਸੀ ਛੋਟੇ ਜਿਹੇ ਪੱਧਰ ਤੋਂ ਸਟਾਰਟ ਕੀਤੀ ਸੀ ਤੇ ਹੁਣ ਐਸ ਲੈਵਲ ਤੇ ਆ ਕੇ ਵੀ ਮਤਲਬ ਖੁਦ ਕਾਲਸ ਆ ਰਹੀਆਂ ਨੇ ਜਿੰਨਾਂ ਕੋ ਲੋਕ ਜਾਂਦੇ ਨੇ ਤੇ ਉਹ ਸਾਡੇ ਕੋਲ ਆ ਰਹੇ ਨੇ ਤਾਂ ਬਹੁਤ ਹੀ ਵਧੀਆ ਲੱਗਦਾ ਜੀ ਕਿਉਂਕਿ ਬੋਲ ਸਕਦੇ ਆ ਕਿ ਨਾਮ ਜਿਹੜਾ ਬਣਾਉਣਾ ਦੁਨੀਆ ਦੇ ਉੱਤੇ ਇੱਕ ਵੱਖਰੀ ਆਪਦੀ ਪਛਾਣ ਛੱਡਣੀ ਬਹੁਤ ਮਤਲਬ ਡਿਫਿਕਲਟ ਆ ਜਦੋਂ ਪਹਿਲੀ ਵਾਰ ਤੁਸੀਂ ਸਿੱਖਿਆ ਹਨਾ ਵੀਡੀਓ ਬਣਾ ਕੇ ਘਰੇ ਲੈ ਕੇ ਗਏ ਹੋ ਫਾਦਰ ਸਾਹਿਬ ਨੂੰ ਜਾਂ ਮਦਰ ਨੂੰ ਦਿਖਾਈ ਤਾਂ ਉਹਨਾਂ ਦਾ ਪਹਿਲਾ ਰਿਐਕਸ਼ਨ ਕੀ ਸੀਗਾ ਮਾਤਾ ਜੀ ਤਾਂ ਹੁਣ ਵੀ ਡਰ ਜਾਂਦੇ ਨੇ ਮੇਰੇ ਮਮ ਤਾਂ ਹੁਣ ਵੀ ਡਰ ਜਾਂਦੇ ਨੇ ਹੁਣ ਉਹਨਾਂ ਦੇ ਸਾ ਉਹ ਮੈਨੂੰ ਲਾਈਵ ਨਹੀਂ ਦੇਖ ਸਕਦੇ ਹਾਂ ਮਤਲਬ ਐ ਬੋਲ ਸਕਦੇ ਮਾਵਾ ਦੇ ਦਿਲ ਮਤਲਬ ਬਹੁਤ ਐ ਬੋਲ ਸਕਦੇ ਘਟ ਹੁੰਦੇ ਆ ਘਟ ਜਾਂਦੇ ਆ ਵੀ ਇਦਾਂ ਦਾ ਬੱਚਾ ਉਹਨਾਂ ਦੀ ਚੀਜ਼ ਕਰ ਰਿਹਾ ਮਤਲਬ ਬੱਚਾ ਕਰ ਰਿਹਾ ਇਦਾਂ ਦੀ ਚੀਜ਼ਾਂ ਤੋਂ ਉਹ ਦੇਖ ਕੇ ਡਰ ਜਾਂਦੇ ਆ ਅ ਬਾਕੀ ਮੇਰੀ ਇੱਕ ਫੈਮਿਲੀ ਨੇ ਮੈਨੂੰ ਕਦੇ ਵੀ ਲਾਈਵ ਨਹੀਂ ਦੇਖਿਆ ਅੱਛਾ ਸਟੰਟ ਰਾਈਡਿੰਗ ਕਰਦੇ ਉਹਨਾਂ ਨੇ ਵੀਡੀਓ ਸੇ ਦੇਖਿਆ ਤੋਂ ਵੀਡੀਓ ਦੇਖ ਕੇ ਬਹੁਤ ਮਤਲਬ ਪ੍ਰਭਾਵਿਤ ਹੁੰਦੇ ਨੇ ਖੁਸ਼ ਹੁੰਦੇ ਨੇ ਸ਼ੇਅਰ ਵੀ ਕਰਦੇ ਨੇ ਹਾਂ ਅ 26 ਜਨਵਰੀ 15 ਅਗਸਤ ਆਮ ਤੌਰ ਤੇ ਆਪਾਂ ਹਰ ਸ਼ਹਿਰ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਇੱਕ ਫੰਕਸ਼ਨ ਹੁੰਦਾ ਆ ਤਾਂ ਉਹਦੇ ਵਿੱਚ ਤੁਹਾਨੂੰ ਕਦੀ ਮੌਕਾ ਮਿਲਿਆ ਕਿ ਤੁਸੀਂ ਉਹਦੇ ਵਿੱਚ ਜਾਓ ਕਿਉਂਕਿ ਉਸ ਦੌਰਾਨ ਬਹੁਤ ਸਾਰੀਆਂ ਸਖਸ਼ਿਤਾ ਉਸ ਪ੍ਰੋਗਰਾਮ ਦੇ ਵਿੱਚ ਆਉਂਦੀਆਂ ਨੇ ਬਹੁਤ ਸਾਰੇ ਲੋਕ ਜਿਹੜੀਆਂ ਚਾਕੀਆਂ ਪੇਸ਼ ਕਰਦੇ ਨੇ ਤਾਂ ਕਦੀ ਉਹਦੇ ਵਿੱਚ ਜਾਣ ਦਾ ਮੌਕਾ ਮਿਲਿਆ ਹਾਂਜੀ ਮੈਨੂੰ 2018 ਦੇ ਵਿੱਚ 26 ਜਨਵਰੀ ਆਪਣੇ ਫਿਰੋਜ਼ਪੁਰ ਸਰਦਾਰ ਜਿਹੜੇ ਪਰਮਿੰਦਰ ਸਿੰਘ ਪਿੰਕੀ ਜੀ ਨੇ ਐਮ ਐਲ ਏ ਸਾਹਿਬ ਉਹਨਾਂ ਨੇ ਮੈਨੂੰ ਮਤਲਬ ਉੱਥੇ ਇਨਵਾਈਟ ਕੀਤਾ ਸੀਗਾ ਸੋ ਅਸੀਂ ਸਟੰਡ ਵਗੈਰਾ ਕੀਤੇ ਉੱਥੇ ਮਤਲਬ ਕਾਫੀ ਉੱਥੋਂ ਮਾਨ ਸਨਮਾਨ ਮਿਲਿਆ ਉਹਨਾਂ ਨੇ ਤੇ ਜਿਹੜੇ ਚੰਨੀ ਸਾਭ ਜੀ ਨੇ ਜਿਹੜੇ ਹੁਣ ਉਸ ਟਾਈਮ ਉਹ ਐਜੂਕੇਸ਼ਨ ਮਨਿਸਟਰ ਸੀ ਸੋ ਹੁਣ ਤਾਂ ਸੀਐਮ ਬਣ ਚੁੱਕੇ ਨੇ ਸੋ ਉਸ ਟਾਈਮ ਉਹਨਾਂ ਨੇ ਮੈਨੂੰ ਮਤਲਬ ਇੱਕ ਉਹ ਦਿੱਤਾ ਪ੍ਰਸ਼ੰਸਾ ਪੱਤਰ ਕਿ ਮਤਲਬ ਬਹੁਤ ਵਧੀਆ ਕੀਤਾ ਸੋ ਉਹਨਾਂ ਨੇ ਮਤਲਬ ਮੈਨੂੰ ਸਨਮਾਨਿਤ ਕੀਤਾ ਜੀ ਜਦੋਂ ਸਟੰਡ ਕਰਦੇ ਹੋ ਤਾਂ ਜਗ੍ਹਾ ਦੀ ਚੋਣ ਹੁੰਦੀ ਹੈ ਕਿ ਹਣਾ ਵੈਸੇ ਤਾਂ ਅੱਜ ਤੁਸੀਂ ਇਸ ਖੁੱਲੀ ਜਗ੍ਹਾ ਤੇ ਸਟੰਡ ਕਰ ਰਹੇ ਹੋ ਜਦੋਂ ਅਪਾ ਸ਼ੁਰੂਆਤ ਕਰਦੇ ਹਾਂ ਹੌਲੀ ਹੌਲੀ ਤੁਹਾਨੂੰ ਪਤਾ ਕਿ ਇਸ ਤੇ ਹਣਾ ਤੁਸੀਂ ਪ੍ਰੈਕਟਿਸ ਕਰ ਲਈ ਆ ਅਚਾਨਕ ਤੁਹਾਨੂੰ ਮੌਕਾ ਮਿਲਦਾ ਕਿਤੇ ਹੋਰ ਜਾਣ ਦਾ ਕਿ ਤੁਸੀਂ ਉੱਥੇ ਜਾ ਕੇ ਆਪਣਾ ਇਹ ਜਿਹੜਾ ਜੋਹਾਰ ਹੈ ਦਿਖਾਉਣਾ ਹੈ ਨਾ ਇਹ ਵਾਲਾ ਤਾਂ ਜਦੋਂ ਉੱਥੇ ਪਹੁੰਚਦੇ ਹੋ ਤਾਂ ਜਗ੍ਹਾ ਸੇਮ ਤੁਹਾਨੂੰ ਨਹੀਂ ਮਿਲਦੀ ਤਾਂ ਉਦੋਂ ਥੋੜਾ ਡਿਫਿਕਲਟ ਹੁੰਦਾ ਨਹੀਂ ਜੀ ਇੱਕ ਜਿਹੜਾ ਪ੍ਰੋਫੈਸ਼ਨਲ ਰਾਈਡਰ ਹੈ ਸੋ ਉਹਨੂੰ ਕਿਸੇ ਵੀ ਪਲੇਸ ਤੇ ਮਤਲਬ ਕਿਆ ਜਵੇ ਕਿ ਇੱਥੇ ਪਰਫਾਰਮ ਕਰਨਾ ਸੋ ਬੋਲ ਸਕਦੇ ਨੇ ਕਿ ਜਗ੍ਹਾ ਮੈਟਰ ਨਹੀਂ ਕਰਦੀ ਥੋੜੀ ਬਹੁਤ ਮੈਟਰ ਕਰਦੀ ਵੀ ਹੈ ਬਟ ਉਹ ਬਿਗਨਰਸ ਵਾਸਤੇ ਮੈਟਰ ਕਰਦੀ ਹੈ ਉਹਨਾਂ ਵਾਸਤੇ ਮੈਟਰ ਕਰਦੀ ਹੈ ਜੋ ਇਹ ਚੀਜ਼ ਸਿੱਖ ਰਹੇ ਨੇ ਜਿਹੜੇ ਆਲਰੇਡੀ ਇਸ ਚੀਜ਼ ਦੇ ਵਿੱਚ ਪਲੇਅਰ ਨੇ ਸੋ ਉਹਨਾਂ ਵਾਸਤੇ ਮੈਟਰ ਨਹੀਂ ਕਰਦੀ ਜੀ ਤੁਸੀਂ ਹੈਲਮਟ ਯੂਜ਼ ਕਰ ਰਹੇ ਹੋ ਸੇਫਟੀ ਲਈ ਜਦੋਂ ਤੁਸੀਂ ਜੈਕਟ ਵੀ ਵੇਅਰ ਕਰਦੇ ਹੋ ਕਿ ਸੇਫਟੀ ਰਵੇ ਅਚਾਨਕ ਜਦੋਂ ਕਿਤੇ ਡਿੱਗਦੇ ਹੋ ਸਾਰਟਫਿਟ ਵੱਜੇ ਨਾ ਹਾਂਜੀ ਬਿਲਕੁਲ ਸੇਫਟੀ ਵਾਸਤੇ ਮੈਂ ਹੈਲਮਟ ਐਂਡ ਜੋ ਜੈਕਟ ਹੈ ਜੋ ਸਪੈਸ਼ਲ LED ਜੈਕਟ ਆਂਦੀ ਹੈ ਜਿਹਦੇ ਵਿੱਚ ਗਾਰਡਸ ਲੱਗੇ ਹੋਏ ਨੇ ਜਿੱਦਾਂ ਕਿ ਤੁਹਾਨੂੰ ਮੈਂ ਦਿਖਾਇਆ ਹੀ ਸੀ ਸੋ ਉਹ ਮੈਂ ਯੂਜ਼ ਕਰਦਾ ਐਗਜ਼ੋਰ ਐਗਜ਼ੋਰ ਦੀ ਹੈ ਸੋ ਆ ਮੇਰੇ ਕੋਲ ਹੈਲਮਟ ਹੈ ਨੀਕੋ ਦਾ ਸੋ ਇਹ ਵੀ ਇੱਕ ਬੋਲ ਸਕਦੇ ਆ ਕਿ ISI ਤੋਂ ਮਤਲਬ ਪ੍ਰਮਾਣਿਤ ਹੈਗਾ ਮਤਲਬ ਨੋਰਮਲ ਲੋਕਲ ਹੈਲਮਟ ਬਿਲਕੁਲ ਨਹੀਂ ਯੂਜ਼ ਕਰਦਾ ਸੋ ਤਾਂ ਕਿ ਆਪਦੇ ਮਤਲਬ ਹੈਡ ਨੂੰ ਸੁਰੱਖਿਅਤ ਰੱਖ ਸਕਾਂ ਜੀ ਬਿਲਕੁਕ ਕਦੇ ਸਰਟੀਫਿਕੇਟ ਵੱਜੀ ਏਦਾਂ ਰਾਈਡ ਕਰਦੇ ਹੋਏ ਹਾਂਜੀ ਲੱਗੀ ਜਾਂਦੀ ਜਿੱਦਾਂ ਵੇਨ ਪੰਕਚਰ ਹੋ ਗਈ ਸੀ ਮੇਨ ਵੇਨ ਪੰਕਚਰ ਹੋ ਗਈ ਸੀ ਸੋ ਉਦੋਂ ਮੈਂ ਡਰ ਗਿਆ ਸੀਗਾ ਕਿ ਇਹ ਕਿਦਾਂ ਹੋ ਗਿਆ ਬਟ ਖੈਰ ਜ਼ਿਆਦਾ ਨਹੀਂ ਇੰਜਰੀ ਹੋਈ ਬਚਤ ਹੋ ਗਈ ਇਹਨੂੰ ਤੁਸੀਂ ਹੁਣ profession ਬਣਾ ਚੁੱਕੇ ਹੋ ਤੁਹਾਨੂੰ ਲੱਗਦਾ ਕਿ ਮੈਂ ਇਹਦੇ ਵਿੱਚ ਅੱਗੇ ਜਾਣਾ ਹੁਣ ਹਨਾ ਤਾਂ ਬਹੁਤ ਸਾਰੇ ਸਾਡੇ ਮਨ ਦੇ ਵਿੱਚ ਹੁੰਦਾ ਕਿ ਅਸੀਂ ਇਸ ਲੈਵਲ ਤੋ ਪਹੁੰਚਣਾ ਕਿਥੋਂ ਤੱਕ ਸੋਚਿਆ ਕਿ ਮੈਂ ਇੱਥੇ ਜਾ ਕੇ ਇੱਥੇ ਪਹੁੰਚਣ ਦਾ ਮੇਰੇ ਮਨ ਦੇ ਵਿੱਚ ਇੱਕ ਸੁਪਨਾ ਆ ਅ ਦੇਖੋ ਜੀ ਇਹ ਇੱਕ ਮੇਰਾ ਪੈਸ਼ਨ ਆ ਸੋ ਇਹ ਕਰਨ ਦੇ ਨਾਲ ਮੈਨੂੰ ਆਪਣੀ ਮੇਰੇ ਮਨ ਨੂੰ ਖੁਸ਼ੀ ਮਿਲਦੀ ਜਦੋਂ ਕੋਈ ਵੀ ਕਿਸੇ ਨੂੰ ਕੋਈ ਕੰਮ ਕਰਨ ਦੇ ਨਾਲ ਖੁਸ਼ੀ ਮਿਲਦੀ ਹੈ ਵੱਖੋ ਵੱਖਰੇ ਲੋਕਾਂ ਦੇ ਕੰਮ ਹੁੰਦੇ ਆ ਸੋ ਮੇਰਾ ਇੱਕ ਐਦਾਂ ਦਾ ਕੰਮ ਹੈ ਮੇਰਾ ਪੈਸ਼ਨ ਹੈ ਕਿ ਮੈਨੂੰ ਇਹ ਕਰਨ ਤੋਂ ਬਾਅਦ ਮੇਰੇ ਦਿਲ ਨੂੰ ਸਕੂਨ ਮਿਲਦਾ ਸੋ ਕਿਤੇ ਹੋਰ ਜਾਣ ਦੀ ਤਾਂ ਮੈਂ ਜ਼ਿਆਦਾ ਸੋਚਿਆ ਨਹੀਂ ਦੀ ਵੀ ਮਤਲਬ ਮੈਂ ਇਹਨੂੰ ਉਹ ਕਰਾਂਗਾ ਕੁਝ ਜਾਂ ਇਹਦੇ ਤੋਂ ਕੋਈ ਹੋਰ ਪੈਸਾ ਕਮਾਵਾਂਗਾ ਜਾਂ ਐਦਾਂ ਕਰਾਂਗਾ ਮੈਂ ਚਾਹਨਾ ਕਿ ਮਤਲਬ ਸਾਨੂੰ ਗਵਰਨਮੈਂਟ ਸਪੋਰਟ ਕਰੇ ਠੀਕ ਹੈ ਜਿੱਦਾਂ ਹੋਰ ਮਤਲਬ ਗੇਮਸ ਹੈਗੀਆਂ ਨੇ ਉਹਨਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ ਤਾਂ ਇੱਕ ਪ੍ਰੋਪਰ ਗਾਈਡੈਂਸ ਦੇ ਨਾਲ ਅਸੀਂ ਵੀ ਹੋਰ ਲੋਕਾਂ ਨੂੰ ਸਿਖਲਾਈ ਦੇਵਾਂਗੇ ਦੀ ਤੇ ਸਾਨੂੰ ਮਤਲਬ ਸਪੋਰਟ ਕੀਤਾ ਜਾਵੇ ਬਸ ਇਹੀ ਚੀਜ਼ ਜਾਣਨਾ ਜੀ ਮੇਰਾ ਸਵਾਲ ਵੀ ਆਣ ਵਾਲਾ ਇਸੇ ਵਲੋਂ ਕਿਉਂਕਿ ਮੈਂ ਪੁੱਛਣਾ ਚਾਹੁੰਦੀ ਸੀ ਕਿ ਸਰਕਾਰਾਂ ਹਮੇਸ਼ਾ ਜਿਹੜੀਆਂ ਨੇ ਆਮ ਤੌਰ ਤੇ ਅਸੀਂ ਕ੍ਰਿਕਟ ਕ੍ਰਿਕਟ ਦੇ ਪਿੱਛੇ ਹੀ ਪੈ ਗਿਆ ਹਨਾ ਅਸੀਂ ਜਿੰਨੇ ਸਾਡੇ ਅੱਜ ਦੇ ਪੰਜਾਬ ਦੇ ਪੂਰੇ ਇੰਡੀਆ ਦੇ ਲੋਕ ਨਾ ਕ੍ਰਿਕਟ ਦੇਖਣਾ ਪਸੰਦ ਕਰਦੇ ਨੇ ਅ ਠੀਕ ਹੈ ਮਾਨਵ ਵਾਲੀ ਗੱਲ ਹੈ ক্রিকেট ਨੂੰ ਸਿੱਖ ਦੇਖਦੇ ਆ ਕਬੱਡੀ ਬਹੁਤ ਸਾਡੇ ਤੋਂ ਪਿੱਛੇ ਰਹਿ ਗਈ ਆ ਹੁਣ ਥੋੜੀ ਬਹੁਤ ਉੱਪਰ ਆਈ ਸੀ ਬਟ ਫਿਰ ਵੀ ਉਸ ਲੈਵਲ ਤੱਕ ਉਹਨੂੰ ਮਾਨਤਾ ਨਹੀਂ ਮਿਲੀ ਜਿਸ ਤੱਕ ਮਿਲਣੀ ਚਾਹੀਦੀ ਸੀ ਮਾਂ ਖੇਡ ਕਬੱਡੀ ਹੈ ਹਨਾ ਫਿਰ ਬਹੁਤ ਸਾਰੀਆਂ ਹੋਰ ਗੇਮਸ ਨੇ ਜਿਦੇ ਵਿੱਚ ਤੁਹਾਡੇ ਵਰਗੇ ਨੌਜਵਾਨ ਚਾਹੁੰਦੇ ਨੇ ਕਿ ਅਸੀਂ ਇਸ ਰਾਹੀਂ ਅੱਗੇ ਜਾਈਏ ਪਰ ਸਰਕਾਰਾਂ ਇਦਾਂ ਕਿਉਂ ਪਿੱਛੇ ਰੱਖਦੀਆਂ ਨੇ ਨੌਜਵਾਨਾਂ ਨੂੰ ਅਸੀਂ ক্রিকেট ਦੇ ক্রিকেট ਪ੍ਰੇਮੀ ਕਿਉਂ ਬਣਦੇ ਜਾ ਰਹੇ ਹਾਂ ਕਿ ਇਨਾਂ ਚੋਂ ਤੁਸੀਂ ਦੂਰ ਹੋ ਗਏ ਆ ਅ ਕ੍ਰਿਕਟ ਪ੍ਰੇਮੀ ਹੋਣ ਇੱਕ ਇਹਦੇ ਬਾਰੇ ਤਾਂ ਕੀ ਕਹਿ ਸਕਦੇ ਆ ਜੀ ਇਹ ਲੋਕਾਂ ਦਾ ਆਪੋ ਆਪਣਾ ਆਪੋ ਆਪਣੀ ਚੁਆਇਸ ਹੈ ਕਿਉਂਕਿ ਆਪਾਂ ਕਿਸੇ ਨੂੰ ਉਹਨਾਂ ਦੇ ਮਨ ਦੇ ਵਿੱਚ ਵੜ ਕੇ ਨਹੀਂ ਕਹਿ ਸਕਦੇ ਵੀ ਤੁਸੀਂ ਆ ਗੇਮ ਨੂੰ ਚੂਜ਼ ਕਰੋ ਇਹ ਤਾਂ ਨਹੀਂ ਹੋਗਾ ਕਿ ਕਿਸੇ ਉਸ ਖੇਡ ਨੂੰ ਜ਼ਿਆਦਾ ਮਾਨਤਾ ਦਿੱਤੀ ਹੋਈ ਹੈ ਤਾਂ ਕਰਕੇ ਲੋਕਾਂ ਦਾ ਰੁਝਾਨ ਨਹੀਂ ਉਧਰ ਹੋ ਗਿਆ ਤਾਂ ਇਹਨਾਂ ਚੀਜ਼ਾਂ ਨੂੰ ਤੁਸੀਂ ਇਗਨੋਰ ਕਰਦੇ ਜਾ ਰਹੇ ਹੋ ਕਿ ਜੋ ਸਾਨੂੰ ਬਹੁਤ ਉੱਚੇ ਲੈਵਲ ਤੇ ਜਾ ਸਕਦੀਆਂ ਜਾਂ ਸਾਡੇ ਵਰਗੇ ਐਨੇ ਪੰਜਾਬ ਦੇ ਗੱਬਰੂਆਂ ਦਾ ਹੁਨਰ ਜਿਹੜਾ ਇਹਨਾਂ ਵਿੱਚ ਦੱਬਿਆ ਰਹਿ ਜਾਏਗਾ ਬਿਲਕੁਲ ਮੈਮ ਸਭ ਤੋਂ ਪਹਿਲਾਂ ਤਾਂ ਇਹ ਕਿ ਇਹ ਚੀਜ਼ ਜਿਹੜੀ ਹੈ ਇਹ ਹਰ ਬੰਦੇ ਦੇ ਵਾਸਤੇ ਖੇਡਣੀ ਹੈ ਕਿ ਆਪਾਂ ਕਹਿ ਸਕਦੇ ਹਾਂ ਜਿੱਦਾਂ ਹੁਣ ਕ੍ਰਿਕਟ ਹੈ ਆ ਹੁਣ ਪਿੱਛੇ ਕਾਫੀ ਬੱਚੇ ਕ੍ਰਿਕਟ ਖੇਡ ਰਹੇ ਨੇ ਤੇ ਮਤਲਬ ਛੋਟੇ-ਛੋਟੇ ਬੱਚੇ ਵੀ ਸਟਾਰਟ ਕਰ ਦਿੰਦੇ ਆ ਤਾਂ ਇਹ ਚੀਜ਼ ਛੋਟੇ ਬੱਚੇ ਵਾਸਤੇ ਨਹੀਂ ਹੈ ਠੀਕ ਹੈ ਜਾਂ ਉਹਨਾਂ ਵਾਸਤੇ ਨਹੀਂ ਹੈ ਕਿ ਜਿਨ੍ਹਾਂ ਦਾ ਇਸ ਚੀਜ਼ ਦੇ ਵਿੱਚ ਲਗਾਵ ਹੀ ਨਹੀਂ ਹੈ ਸੋ ਮੈਂ ਉਹੀ ਦੁਬਾਰਾ ਰਿਪੀਟ ਕਰਾਂਗਾ ਕਿ ਕਿਸੇ ਮਤਲਬ ਹਰ ਬੰਦੇ ਵਾਸਤੇ ਨਹੀਂ ਹੈ ਇਹ ਉਹੀ ਬੰਦਾ ਕਰ ਸਕਦਾ ਜਿਹੜੇ ਬੰਦੇ ਦਾ ਇਸ ਚੀਜ਼ ਦੇ ਪ੍ਰਤੀ ਮਤਲਬ ਉਹ ਹੈਗਾ ਇੰਟਰਸਟ ਹੈ ਬਿਲਕੁਲ ਕਦੇ ਕਿਸੇ ਤੁਸੀਂ ਅਪਰੋਚ ਕੀਤੀ ਹੋਵੇ ਕਿ ਅਸੀਂ ਇਥੋਂ ਦੇ ਨੌਜਵਾਨ ਜਦੋਂ ਤੁਹਾਨੂੰ ਹੋਰ ਵੀ ਸਟੰਟ ਰਾਈਡਰ ਮਿਲਦੇ ਹੋਣਗੇ ਜਿਹੜੇ ਤੁਹਾਡੇ ਨਾਲ ਸੇਮ ਦਾ ਬਾਈਕ ਤੇ ਸਟੰਟ ਕਰਦੇ ਨੇ ਉਹਨਾਂ ਨਾਲ ਤੁਸੀਂ ਕਦੇ ਇਕੱਠੇ ਬੈਠੇ ਹੋ ਹਾਂਜੀ ਆਂਡਿਆ ਦੇ ਕਾਫੀ ਰਾਈਡਰਸ ਇੰਦੋਰ ਇਕੱਠੇ ਹੋਏ ਸੀਗੇ ਐਮਪੀ ਐਮਪੀ ਦੇ ਵਿੱਚ ਸੋ ਉੱਥੇ ਅਸੀਂ ਕਾਫੀ ਰਾਈਡਰਸ ਨੇ ਇੰਜੋਏ ਕੀਤਾ ਐਂਡ ਸਟੰਟ ਰਾਈਡਿੰਗ ਕੀਤੀ ਕਾਫੀ ਵੀਡੀਓਜ਼ ਵੀ ਨੇ ਮੇਰੇ ਕੋਲ ਮੈਂ ਤੁਹਾਨੂੰ ਸ਼ੋ ਕਰਾਂਗਾ ਸੋ ਕਾਫੀ ਮਤਲਬ ਇੱਕ ਮਾਨ ਵਾਲੀ ਗੱਲ ਹੋ ਗਈ ਕਿ ਉੱਥੇ ਮਤਲਬ ਇੰਡੀਆ ਦੇ ਕਾਫੀ ਮਤਲਬ ਹਾਈ ਲੈਵਲ ਦੇ ਰਾਈਡਰਸ ਬੈਠੇ ਨੇ ਸੋ ਉਹਨਾਂ ਦੇ ਨਾਲ ਮੈਂ ਵੀ ਬੈਠਾ ਜਾ ਕੇ ਇੱਕ ਪੰਜਾਬ ਦਾ ਮਤਲਬ ਛੋਟੇ ਸ਼ਹਿਰ ਦੇ ਵਿੱਚ ਉੱਠ ਕੇ ਉਸ ਜਗ੍ਹਾ ਤੇ ਪਹੁੰਚਾ ਤਾਂ ਇੱਕ ਬੜਾ ਮਤਲਬ ਪ੍ਰਾਊਡ ਫੀਲ ਹੁੰਦਾ ਹੈ ਕਿ ਐਦਾਂ ਦੇ ਬੰਦਿਆਂ ਦੇ ਨਾਲ ਮੈਂ ਬੈਠਾ ਉਹ ਵੀ ਇੱਕ ਸਟੰਟ ਰਾਈਡਿੰਗ ਦੀ ਵਜ੍ਹਾ ਦੇ ਨਾਲ ਇਸ ਫੀਲਡ ਦੀ ਵਜ੍ਹਾ ਨਾਲ ਬਿਲਕੁਲ ਬਿਲਕੁਲ ਫਿਰ ਉਦੋਂ ਸਾਰੇ ਬੈਠ ਕੇ ਇੱਕ ਪਲਾਨ ਕਰਦੇ ਉਹਨੇ ਕਿ ਅਸੀਂ ਸਰਕਾਰ ਤੱਕ ਆਪਣੀ ਮੰਗ ਕਿੱਦਾਂ ਪਹੁੰਚਾਈਏ ਕਿ ਇਸ ਸਾਡੀਆਂ ਜਿਹੜੇ ਹੁਨਰ ਨੂੰ ਆ ਤਵੱਜੋ ਦਿੱਤੀ ਜਾਵੇ ਹਾਂਜੀ ਮੈਮ ਇਸ ਚੀਜ਼ ਨੂੰ ਲੀਗਲਾਈਜ਼ ਕਰਵਾਉਣ ਦੇ ਵਿੱਚ ਜਿਹੜੀ ਇੰਡੀਆ ਦੀ ਕਾਫੀ ਟੀਮਜ਼ ਲੱਗੀਆਂ ਹੋਈਆਂ ਨੇ ਜਿਹੜੀ ਸਟੰਟ ਟੀਮਜ਼ ਨੇ ਲੱਗੀਆਂ ਹੋਈਆਂ ਨੇ ਜਿਹੜੀ ਪ੍ਰੋਫੈਸ਼ਨਲ ਨੇ ਜਿਦਾਂ Bajaj Lee ਕਰਦੇ ਨੇ TVS ਦੇ ਆਫੀਸ਼ੀਅਲ ਰਾਈਡਰਸ ਨੇ ਜਾਂ ਹੋਰ ਕਈ ਰਾਈਡਰਸ ਨੇ ਵੱਖ-ਵੱਖਰੇ ਮਤਲਬ ਸ਼ਹਿਰਾਂ ਤੋਂ ਬਿਲੋਂਗ ਕਰਦੇ ਨੇ ਸੋ ਉਹ ਇਸ ਚੀਜ਼ ਨੂੰ ਲੱਗੇ ਹੋਏ ਨੇ ਗਵਰਨਮੈਂਟ ਦੇ ਪਿੱਛੇ ਕਿ ਇਹਨੂੰ ਤੁਸੀਂ ਲੀਗਲਾਈਜ਼ ਕਰਵਾਓ ਇੰਡੀਆ ਦੇ ਵਿੱਚ ਤਾਂ ਕਿ ਹੋਰ ਗੇਮਜ਼ ਦੀ ਤਰ੍ਹਾਂ ਇਹ ਵੀ ਇੱਕ ਗੇਮ ਬਣੇ ਤਾਂ ਪ੍ਰੋਪਰ ਜਿਹੜੇ ਪ੍ਰੋਫੈਸ਼ਨਲ ਰਾਈਡਰਸ ਨੇ ਉਹ ਗਾਈਡ ਕਰਨਗੇ ਰਾਈਡਰਸ ਨੂੰ ਤੇ ਇੱਕ ਸੇਫਟੀ ਰੂਲਸ ਬਾਰੇ ਵੀ ਦੱਸਣਗੇ ਕਿ ਹਾਂ ਤੁਸੀਂ ਬਿਨਾ ਹੈਲਮਟ ਜਾਨੇ ਹੋ ਰੋਡ ਦੇ ਉੱਪਰ ਤਾਂ ਇਹ ਚੀਜ਼ਾਂ ਗਲਤ ਨਹੀਂ ਨਾ ਕਰੋ ਤਾਂ ਮਤਲਬ ਇੱਕ ਪ੍ਰੋਪਰ ਜਿਹੜਾ ਅ ਪ੍ਰੋਫੈਸ਼ਨਲ ਰਾਈਡਰ ਹੈ ਉਹ ਗਾਈਡ ਕਰ ਸਕਦਾ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੂੰ ਅਵੇਅਰਨੈਸ ਨਹੀਂ ਹੈ ਇਸ ਚੀਜ਼ ਦੇ ਪ੍ਰਤੀ ਅ ਮੈਂ ਦੇਖ ਰਹੀ ਕਿ ਤੁਸੀਂ ਇਸ ਨੂੰ ਬਿਲਕੁਲ ਮੋਡੀਫਾਈ ਕੀਤਾ ਹੋਇਆ ਹਨ ਅੱਗੋਂ ਤੁਸੀਂ ਹੈੱਡਲਾਈਟ ਹੀ ਚੱਕੀਆਂ ਹੋਈਆਂ ਨੇ ਤੇ ਬ੍ਰੇਕ ਵੀ ਤੁਸੀਂ ਆਪਣੇ ਮਰਜ਼ੀ ਦੇ ਨਾਲ ਲਗਾਏ ਪੂਰੀ ਬਾਈਕ ਜਿਹੜੀ ਮੋਡੀਫਾਈ ਕੀਤੀ ਹੈ ਇਹਨੂੰ ਕਿੰਨਾ ਸਮਾਂ ਲੱਗਾ ਕਿਦਾਂ ਤਿਆਰ ਕੀਤੀ ਹੈ ਕਿ ਹਾਂਜੀ ਕਿਤੇ ਉਹ YouTube ਤੋਂ ਦੇਖਿਆ ਕਿ ਜਾਂ ਫਿਰ ਤੁਸੀਂ ਇਹਦੇ ਚ ਪੂਰੇ ਪੂਰੇ ਹੋ ਗਏ ਕਿ ਨਹੀਂ ਮੈਂ ਕਰਨਾ ਹੀ ਇਹ ਕੰਮ ਹੈ ਤਾਂ ਕਿਸੇ ਤਰੀਕੇ ਨਾਲ ਇਹਨੂੰ ਬਿਲਕੁਲ ਚੇਂਜ ਕਰ ਦਵਾਂ ਅ ਇਹਨੂੰ ਮੋਡੀਫਾਈ ਕਰਨ ਦਾ ਇਹ ਸੀਗਾ ਜੀ ਕਿ ਜਿੱਦਾਂ ਹਰ ਰਾਈਡਰ ਜਿੱਦਾਂ ਬਾਹਰ ਦੇ ਰਾਈਡਰ ਨੇ ਉਹ ਵੀ ਆਪ ਦੇ ਅਕੋਰਡਿੰਗਲੀ ਉਹਨਾਂ ਦੀ ਮੈਂ ਕਾਫੀ ਵੀਡੀਓਜ਼ ਦੇਖੀਆਂ ਇੰਸਟਾਗ੍ਰam ਦੇ ਉੱਪਰ ਹੋਰ YouTube ਦੇ ਉੱਪਰ ਤਾਂ ਫੋਰਨਰ ਐਦਾਂ ਕਰਦੇ ਆ ਕਿ ਉਹ ਆਪਦੀਆਂ ਬਾਈਕਸ ਨੂੰ ਆਪ ਹੀ ਖਿਲਾਰ ਦਿੰਦੇ ਆ ਆਪ ਹੀ ਉਹਨਾਂ ਨੂੰ ਮਤਲਬ ਸਾਰਾ ਡਿਸਮੈਂਟਲ ਕਰਕੇ ਦੁਬਾਰਾ ਉਹਨੂੰ ਮਤਲਬ ਬਿਲਡ ਕਰਦੇ ਆ ਜਿੱਦਾਂ ਟੈਂਕ ਨੂੰ ਕੱਟ ਕੇ ਦੁਬਾਰਾ ਬਣਾਉਂਦੇ ਨੇ ਅਕੋਰਡਿੰਗ ਟੂ ਸਟੰਟ ਰਾਈਡਿੰਗ ਜਿੱਦਾਂ ਉਹਨਾਂ ਨੇ ਆਪ ਦੇ ਸਟੰਟ ਸਟੰਟਸ ਕਰਨੇ ਹੁੰਦੇ ਆ ਠੀਕ ਹੈ ਤੇ ਜਿੱਦਾਂ ਹੁਣ ਮੈਂ ਇਦਾਂ ਇਹਨੂੰ ਟੈਂਕ ਨੂੰ ਕੱਟਿਆ ਹੋਇਆ ਠੀਕ ਹੈ ਇਦਾਂ ਕੱਟ ਕੇ ਇਹਨੂੰ ਤੇ ਬਣਾਇਆ ਹੋਇਆ ਤਾਂ ਇਹ ਮਤਲਬ ਇਹਨੂੰ ਕਈ ਹਾਇਰ ਸਟੱਫ ਕਰਨ ਦੇ ਲਈ ਮੈਨੂੰ इजीली ਰਹਿੰਦਾ ਠੀਕ ਹੈ ਸੋ ਇਹਦੇ ਕਰਕੇ ਫਿਰ ਇਹ ਮੈਂ ਕਾਫੀ ਮੋਡੀਫਿਕੇਸ਼ਨ ਕੀਤੀ ਸੋ ਇਹਦੇ ਨਾਲ ਮੈਂ ਕਾਫੀ ਜਿਹੜੀ ਸਾਈਡ ਤੇ ਪਾਈਪਾਂ ਦੇਖ ਰਹੇ ਹਾਂ ਇਹ ਕ੍ਰੈਸ਼ ਗਾਰਡਸ ਨੇ ਆਮ ਬੰਦੇ ਲਈ ਇਹ ਪਾਈਪਸ ਨੇ ਬਟ ਇਹ ਕ੍ਰੈਸ਼ ਗਾਰਡਸ ਨੇ ਜਿੱਦਾਂ ਬਾਈਕ ਡਿੱਗਦੀ ਹੈ ਠੀਕ ਹੈ ਤਾਂ ਇੱਕ ਕ੍ਰੈਸ਼ ਤੋਂ ਬਚਾ ਲੈਂਦਾ ਬਾਈਕ ਨੂੰ ਨੁਕਸਾਨ ਨਹੀਂ ਹੋਣ ਦਿੰਦਾ ਬਿਲਕੁਲ ਬਿਲਕੁਲ ਤੁਸੀਂ ਫਿਰ ਜਦੋਂ ਕਿਤੇ ਮੁਕਾਬਲੇ 'ਚ ਕਦੀ ਕਿਤੇ ਮੁਕਾਬਲੇ 'ਚ ਭਾਗ ਲਿਆ ਬਹੁਤ سارے ਮੁਕਾਬਲੇ ਹੋਏ ਹੋਣ ਤੁਹਾਡੇ ਸਾਹਮਣੇ 10 ਟੀਮਾਂ ਖੜੀਆਂ ਹੁੰਦਾ ਜਾਂ 10 ਰਾਈਡਰ ਖੜੇ ਹੋਣ ਨਾ ਤਾਂ ਤੁਸੀਂ ਸੋਚਿਆ ਹੋਵੇ ਕਿ ਨਹੀਂ ਇਹਨਾਂ ਨੂੰ ਪਛਾੜ ਕੇ ਅੱਗੇ ਨਿਕਲਣਾ ਹੈ ਜਿੱਦਾਂ ਹੁਣ ਥੋੜਾ ਟਾਈਮ ਪਹਿਲਾਂ ਹੀ ਬੋਲ ਸਕਦੇ ਆ ਕਿ 15 ਦਿਨ ਪਹਿਲਾਂ ਹੀ ਕੋਇੰਬਟੂਰ ਮਤਲਬ ਚੇਨਈ ਦੇ ਵਿੱਚ ਉੱਥੇ ਇੱਕ ਬਹੁਤ ਹੀ ਵੱਡਾ ਮਤਲਬ ਇਵੈਂਟ ਬੋਲ ਸਕਦੇ ਆ ਜਾਂ ਇੱਕ ਜਿੱਥੇ ਕਾਫੀ ਰਾਈਡਰ ਸੇ ਇਕੱਠੇ ਹੋਏ ਸੀਗੇ ਤੇ ਉਹਨਾਂ ਦਾ ਕੰਪੀਟੀਸ਼ਨ ਕਰਵਾਇਆ ਗਿਆ ਸੀ ਸੋ ਉਹ ਉੱਥੇ ਹੋਇਆ ਸੀਗਾ ਬਟ ਮੈਨੂੰ ਕਾਫੀ ਰਾਈਡਰਸ ਦੀ ਕਾਲ ਵੀ ਆਈ ਕਿ ਮਾਨਿਆਰ ਤੂੰ ਇੱਥੇ ਆ ਤੇਰੇ ਕਾਫੀ ਮਤਲਬ ਚਰਚੇ ਹੈਗੇ ਆ ਤੇਰੀ ਕਾਫੀ ਸਕਿਲਸ ਮਤਲਬ ਇੰਪਰੂਵ ਨੇ ਸੋ ਤੂੰ ਇੱਥੇ ਆ ਕੇ ਕਰ ਬਟ ਕੁਝ ਫਾਈਨੈਂਸ਼ੀਅਲੀ ਕੰਡੀਸ਼ਨ ਦੀ ਵਜ੍ਹਾ ਦੇ ਨਾਲ ਮੈਂ ਉੱਥੇ ਨਹੀਂ ਜਾ ਪਾਇਆ ਸੋ ਬਟ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਚਾਹੁੰਦਾ ਕਿ ਮੈਂ ਅੱਗੇ ਜਾਵਾਂ ਸੋ ਇਸ ਚੀ ਨੂੰ ਰਿਪਰੈਜ਼ੈਂਟ ਕਰਾ। ਸੋ ਮੈਂ ਚਾਹਾਂਗੀ ਕਿ ਆਪਾਂ ਚੱਲਦੀ ਇੰਟਰਵਿਊ ਦੇ ਵਿੱਚ ਥੋੜਾ ਜਿਹਾ ਸਟੰਟ ਦੇਖੀਏ ਤੁਹਾਡਾ ਕਿਉਂਕਿ ਲੋਕ ਵੀ ਦੇਖ ਲੈਣਗੇ ਕਿ ਅਸੀਂ ਪਹਿਲਾਂ ਵੀ ਤੁਹਾਡੇ ਸ਼ਾਰਟਸ ਕਾਫੀ ਅਸੀਂ ਲੈ ਦਿਖਾਏ ਨੇ। ਤੇ ਮੈਂ ਚਾਹੁੰਨੇ ਕਿ ਚੱਲਦੀ ਇੰਟਰਵਿਊ ਤੁਸੀਂ ਕੁਝ ਸਟੰਟਸ ਰੰ ਦਿਖਾਓ ਜੀ। ਹਾਂਜੀ ਬਿਲਕੁਲ ਮੈਮ ਮੈਂ ਸ਼ੋ ਕਰ ਦਾਂਗੀ ਤੁਹਾਨੂੰ। ਜੀ ਬਿਲਕੁਲ ਜੀ ਤੁਸੀਂ ਸੇਫਟੀ ਜੈਕਟ ਦੇ ਦਿਓ ਜਿਹਨਾਂ ਨੂੰ ਔਰ ਇਹ ਸੇਫਟੀ ਜੈਕਟ ਪਾ ਕੇ ਹੈਲਮਟ ਪਾ ਕੇ ਆਪਣਾ ਸਟੰਟ ਦਿਖਾਉਣਗੇ ਤੇ ਫਾਦਰ ਸਾਹਿਬ ਨੇ ਪੰਜਾਬ ਪੁਲਿਸ ਦੇ ਵਿੱਚ ਤੇ ਮੁੰਡਾ ਅਸਿਸਟੈਂਟ ਮੈਂ ਤੇ ਅੱਜ ਅਸੀਂ ਇਹਨਾਂ ਦੁਨੀਆ ਦੇ ਵਿੱਚ ਪੂਰੇ ਸੋਸ਼ਲ ਮੀਡੀਆ ਤੇ ਜਿਹੜੇ ਸ਼ਾਇੂ ਹੋਏ ਨੇ ਔਰ ਨਾਲ ਦੀ ਨਾਲ ਬਹੁਤ ਸਾਰਿਆਂ ਨੇ ਇਹਨਾਂ ਦੀ ਜਿਹੜੀ ਸਪੋਰਟ ਕੀਤੀ ਔਰ ਸੇ ਸਪੋਰਟ ਦੇ ਸਦਕਾ ਅੱਜ ਵਿਕਰਮ ਜਾਨੀ ਕਿ ਮਾਨ ਜਿਨ੍ਹਾਂ ਨੂੰ ਇੰਸਟਾਗ੍ਰam ਤੇ ਮਾਨ ਸਟੰਟਸ ਮਾਨ ਦੇ ਨਾਮ ਨਾਲ ਜਾਣਦੇ ਨੇ ਔਰ ਇਸ ਤਰੀਕੇ ਨਾਲ ਇਹਦਾ ਜਿਹੜਾ ਸਟੰਟ ਹੈ ਉਹ ਅਸੀਂ ਦੇਖਾਂਗੇ ਕਿ ਹੁਣ ਆਪਣੀ ਸੇਫਟੀ ਜੈਕਟ ਪਾ ਕੇ ਸਿਰ ਤੇ ਹੈਲਮਟ ਲੈ ਕੇ ਤੇ ਅੱਗੇ ਵਧਣਗੇ ਅਸੀਂ ਜਿਹੜਾ ਹੁਣ ਤੁਹਾਨੂੰ ਸਟੰਟ ਦਿਖਾਣੇ ਆ ਕਿਸ ਤਰੀਕੇ ਦੇ ਨਾਲ ਇਹ ਸਟੰਟ ਕਰਦੇ ਨੇ ਕਿਆ ਪਤਾ ਹੈ ਇਸ ਸੌਖਾ ਨਹੀਂ ਹੁੰਦਾ ਇਸ ਤਰੀਕੇ ਦੇ ਨਾਲ ਸਟੰਟ ਕਰਨਾ ਇਹ ਬੜੀ ਮਿਹਨਤ ਮੰਗਦਾ ਹੈ ਔਰ ਮਿਹਨਤ ਇਸ ਸਦਕਾ ਹੀ ਜੜਾ ਹੈ ਇਹ ਇੱਕ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ ਮਿਹਨਤ ਦੇ ਸਦਕੇ ਜਿਹੜਾ ਬਾਈਕ ਦੇ ਨਾਲ ਪਿਆਰ ਰੰਦਾ ਹੈ ਸੋ ਵਾਕਈ ਜਿਹੜੀ ਤੁਹਾਡੀ ਬਹੁਤ ਸਾਰੀ ਮਿਹਨਤ ਦੇ ਸਦਕੇ ਤੁਸੀਂ ਅੱਗੇ ਵਧੇ ਹੋਏ ਬਹੁਤ ਮਿਹਨਤ ਕੀਤੀ ਹੈ ਅੱਜ ਤੁਹਾਡੀ ਮਿਹਨਤ ਜਿਹੜੀ ਹੈ ਸਾਨੂੰ ਸਾਫ਼ ਦਿਖਾਈ ਦਿੰਦੀ ਹੈ ਔਰ ਕੀ ਬਾਤ ਹੈ ਜੀ ਸਲੂਟ ਹੈ ਤੁਹਾਡੀ ਇਸ ਮਿਹਨਤ ਨੂੰ ਤੁਸੀਂ ਇਸ ਮਿਹਨਤ ਸਦਕੇ ਅੱਗੇ ਵਧਦੇ ਜਾਓ ਅਸੀਂ ਤੇਹੀ ਜਾਵਾਂਗੇ ਔਰ ਕੁਝ ਵਧੀਆ ਸ਼ਾਬ ਛਡੋ ਅਸੀਂ ਵੀ ਚਾਹਾਂਗੇ ਕਿ ਸਰਕਾਰਾਂ ਤੁਹਾਡੀ ਜਿਹੜੀ ਫੁੱਲ ਸਪੋਰਟ ਵੀ ਕਰਨ ਹਾਂ ਜੀ ਮੈਮ ਜੀ ਜਿਹੜੀ ਤੁਸੀਂ ਤੁਸੀਂ ਗੱਲਾਂ ਕਹੀਆਂ ਨੇ ਸਰਕਾਰ ਵੀ ਇਸ ਚੀਜ਼ ਨੂੰ ਨੋਟ ਕਰੇ ਤੇ ਸਾਨੂੰ ਸਪੋਰਟ ਕਰੇ ਇੱਕ ਪ੍ਰੋਪਰ ਸਾਨੂੰ ਟਰੈਕ ਦੇਵੇ ਜਿਹਦੇ ਵਿੱਚ ਅਸੀਂ ਇਸ ਚੀਜ਼ ਨੂੰ ਸ਼ੋਅ ਕਰ ਸਕੀਏ ਜਿੱਦਾਂ ਹੁਣ ਪਹਿਲਾਂ ਵੀ ਮੈਂ ਕਹਿ ਚੁੱਕਿਆ ਕਿ ਮੈਂ ਪੁਲਿਸ ਲਈ ਵੀ ਕਈ ਸ਼ੋਅਸ ਕਰ ਚੁੱਕਿਆ ਤਾਂ ਉੱਥੇ ਇਹ ਚੀਜ਼ ਲੀਗਲ ਹੋ ਸਕਦੀ ਹੈ ਤਾਂ ਇੰਡੀਆ ਦੇ ਵਿੱਚ ਵੈਸੇ ਵੀ ਲੀਗਲ ਹੋ ਸਕਦੀ ਹੈ ਜੇ ਚਾਵੇ ਸਰਕਾਰ ਤਾਂ ਫਾਦਰ ਸਾਹਿਬ ਪੁਲਿਸ ਵਿੱਚ ਨਹੀਂ ਐ ਨਹੀਂ ਸੋਚਿਆ ਕਿ ਮੈਂ ਵੀ ਪੁਲਿਸ ਦੀ ਪੜਤੀ ਹੋ ਜਾਾਂ ਹਾਂਜੀ ਮੈਂ ਟ੍ਰਾਇਲ ਦਿੱਤਾ ਸੀਗਾ ਜੀ ਪੁਲਿਸ ਦਾ ਜਿੱਦਾਂ 2016 ਦੀ ਪੜਤੀ ਦੇ ਵਿੱਚ ਦਿੱਤਾ ਸੀ ਬਟ ਅ ਮੈਰਿਟ ਦੇ ਵਿੱਚ ਮੇਰਾ ਨਾਮ ਨਹੀਂ ਆਇਆ ਬਾਕੀ ਫਿਜ਼ੀਕਲੀ ਪੂਰਾ ਫਿਟ ਸੀ ਕਾ ਜੀ ਇੱਥੇ ਵੀ ਕਾਲੇ ਮਾਲੇ ਆ ਹਾਂਜੀ ਅੱਜਕੱਲ ਚੱਲ ਹੀ ਰਹੇ ਆ ਜੀ ਕਾਲੇ ਮਾਲੇ ਸਹੀ ਗੱਲ ਆ ਇਹ ਹੀ ਕਾਰਨ ਹੈ ਕਿ ਜਿਹੜੇ ਬਹੁਤ ਮਿਹਨਤੀ ਮੁੰਡੇ ਨੇ ਜਾਂ ਕੁੜੀਆਂ ਨੇ ਜੋ ਪਰਤੇ ਹੁੰਦੀਆਂ ਨੇ ਜਾਂ ਚਾਹੁੰਦੀਆਂ ਨੇ ਕਿ ਅਸੀਂ ਅੱਗੇ ਆਪਣੇ ਸੁਪਨਿਆਂ ਨੂੰ ਖੰਭ ਲਾਉਣੇ ਆ ਪਰ ਕਈ ਵਾਰ ਜਿਹੜੇ ਐਸਾ ਕਾਰਨ ਹੋ ਜਾਂਦਾ ਬਹੁਤ ਚੀਜ਼ਾਂ ਐਵੇਂ ਦੀ ਹੋ ਜਾਂਦੀਆਂ ਨੇ ਜਿਹੜੀ ਸਾਡੇ ਚ ਕਰਪਸ਼ਨ ਹੈ ਨਾ ਸਾਡੇ ਇੰਡੀਆ ਦੇ ਵਿੱਚ ਤੋਂ ਖਤਮ ਹੋ ਗਈ ਨਾ ਤਾਂ ਇਹਨਾਂ ਵਰਗੇ ਨੌਜਵਾਨ ਜਦੋਂ ਅੱਗੇ ਆਣਗੇ ਨਾ ਤਾਂ ਫਿਰ ਇੱਕ ਪੰਜਾਬ ਦਾ ਸਭ ਅਸੀਂ ਬਦਲਿਆ ਹੋਇਆ ਰੂਪ ਜ਼ਰੂਰ ਦੇਖਾਂਗੇ ਔਰ ਜਿਸ ਤਰੀਕੇ ਨਾਲ ਤੁਸੀਂ ਟਰੈਕ ਦੀ ਗੱਲ ਕੀਤੀ ਹੋ ਵੰਗ ਕੀਤੀ ਕਿ ਟਰੈਕ ਹੋਣਾ ਚਾਹੀਦਾ ਜਦ ਤੁਸੀਂ ਇੱਕ ਟਰੈਕ ਤੇ ਦੌੜਦੇ ਸਟੈਂਡ ਕਰਦੇ ਹਾਂ ਤਾਂ ਕਿੰਨੇ ਮੀਟਰ ਦਾ ਲੰਬਾ ਸਾਨੂੰ ਟਰੈਕ ਚਾਹੀਦਾ ਹੁੰਦਾ ਆ ਕਿੰਨੇ ਕਿ ਤੁਸੀਂ ਸਟੈਂਡ ਕਿੰਨੇ ਕਿ ਧਾਰੇ ਦੇ ਵਿੱਚ ਕਰਦੇ ਹੋ ਇਹ ਵੀ ਇਹ ਵੀ ਕੁਝ ਆਈਡੀ ਸਾਨੂੰ ਜ਼ਰੂਰ ਦੋ ਟਰੈਕ ਤਾਂ ਜੀ ਦੇਖੋ ਹੁਣ ਟਰੈਕ ਤਾਂ ਇੱਕ ਖੁੱਲਡੁੱਲਾ ਹੁਣ ਟਰੈਕ ਹੋਣਾ ਚਾਹੀਦਾ ਜਿੱਦਾਂ ਟਰੈਕ ਹੈ ਇਸ ਟਰੈਕ ਦੀ ਮੇਰੇ ਕੋਲ ਪ੍ਰੋਪਰ ਪਰਮਿਸ਼ਨ ਹੈ ਜਿੱਦਾਂ ਇਹ ਅਨਾਜ ਮੰਡੀ ਦੀ ਜਗ੍ਹਾ ਸੋ ਇਹ ਇਦਾਂ ਇਹਦੇ ਮੇਨ ਗੇਟ ਲੱਗਿਆ ਹੋਇਆ ਦੇਖਿਆ ਹੁਣ ਤੁਸੀਂ ਉਹ ਉਹਨਾਂ ਨੇ ਚਾਬੀ ਦੇ ਨਾਲ ਲੋਕ ਖੋਲ੍ਹਿਆ ਤੇ ਐਂਟਰ ਹੋਣ ਦਿੱਤਾ ਤੇ ਆਮ ਬੰਦੇ ਨੂੰ ਇੱਥੇ ਆਉਣ ਨਹੀਂ ਦਿੰਦੇ ਇਦਾਂ proper permission ਦੀ وجہ ਦੇ ਨਾਲ ਇੱਥੇ ਆਪਾਂ ਸ਼ੂਟ ਕਰ ਰਹੇ ਆ। ਸੋ ਇੱਕ ਪ੍ਰੋਪਰ ਟ੍ਰੈਕ ਹੋਣਾ ਚਾਹੀਦਾ ਹੈ ਜਿੱਥੇ ਤੁਹਾਨੂੰ ਜਿੱਥੇ ਆਪਾਂ ਪਬਲਿਕ ਨੂੰ ਪਰੇਸ਼ਾਨ ਨਾ ਕਰੀਏ ਨਾ ਆਪਣੀ ਵਜ੍ਹਾ ਨਾਲ ਪਬਲਿਕ ਪਰੇਸ਼ਾਨ ਹੋਵੇ। ਸੋ ਨਾ ਕੋਈ ਸ਼ੋਰ ਸ਼ਰਾਬਾ ਹੋਵੇ। ਸੋ ਇਦਾਂ ਇੱਕ ਟ੍ਰੈਕ ਚਾਹੀਦਾ। ਬਿਲਕੁਲ ਸੋ ਮੈਂ ਚਾਹਾਂਗੀ ਕਿ ਤੁਸੀਂ ਇਸ ਤਰ੍ਹਾਂ ਮਿਹਨਤ ਕਰਦੇ ਰਹੋ ਮੈਂ صدਕਾ ਅੱਗੇ ਵਧਦੇ ਰਹੋ ਔਰ ਤੁਹਾਡੀ ਜਿਹੜੀ ਮਿਹਨਤ ਨੂੰ ਚਾਰ ਚੰਦ ਲੱਗਣ ਜਿਹੜੇ ਤੁਹਾਡੇ ਸੁਪਨੇ ਆ ਉਹ ਜ਼ਰੂਰ ਪੂਰੇ ਹੋਣ ਸ਼ੁਕਰੀਆ ਤੁਹਾਡਾ ਗੱਲਬਾਤ ਕਰਨ ਲਈ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਵੀ ਜੀ ਸੋ ਬਿਲਕੁਲ ਜੇਸਨ ਸਾਡੇ ਨਾਲ ਮਾਨ ਜਿਹਨਾਂ ਨੂੰ ਤੁਸੀਂ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ ਮਾਨ ਸਟੈਂਡਸ ਦੇ ਨਾਮ ਤੇ ਇਹਨਾਂ ਨੂੰ ਲੋਕ ਜਿਹੜੇ ਨੇ ਜਾਣਦੇ ਨੇ ਔਰ ਉਸੇ ਦੇ صدਕਾ ਅਸੀਂ ਉੱਥੋਂ ਹੀ ਦੇਖ ਕੇ ਜਿਹੜਾ ਇਹਨਾਂ ਨੂੰ ਇੱਥੇ ਪਹੁੰਚੇ ਹੋਇਆ ਮਿਲਣ ਦੇ ਲਈ ਔਰ ਇਸ ਬਾਈਕ ਦੇ صدਕਾ ਅੱਗੇ ਵਧਦੇ ਜਾ ਰਹੇ ਨੇ ਅਸਿਸਟੈਂਟ ਦਿ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਇਹ ਸਟੰਟ ਵਾਕਈ ਹੀ ਬਹੁਤ ਮਿਹਨਤ ਮੰਗਦੇ ਅੱਜ ਦੇ ਜਿਹੜੇ ਪੰਜਾਬੀ ਗੱਭਰੂ ਨੇ ਜਿਹੜਾ ਕੁਝ ਬੰਨਣਾ ਚਾਹੁੰਦੇ ਨੇ ਨਸ਼ਿਆਂ ਤੋਂ ਕੋਹਾਂ ਦੂਰ ਬੈਠੇ ਹੋਏ ਨੇ ਪੜ੍ਹਾਈ 'ਚ ਵੀ ਪਰਪੱਕ ਨੇ ਫਿਟਨੈਸ 'ਚ ਵੀ ਪੂਰੇ ਨੇ ਔਰ ਨਾਲ ਦੀ ਨਾਲ ਐਸੇ ਜਿਹੜੇ ਕੰਮ ਕਰਦੇ ਨੇ ਔਰ ਇਨ੍ਹਾਂ ਕੰਮਾਂ ਨੂੰ ਵੀ ਸਲਾਮ ਕਰਨਾ ਚਾਹੀਦਾ ਔਰ ਨਾਲ ਦੀ ਨਾਲ ਇਨ੍ਹਾਂ ਦੀ ਸਪੋਰਟ ਕਰਨੀ ਬੇਹੱਦ ਜ਼ਰੂਰੀ ਹੋ ਜਾਂਦੀ ਹੈ ਵਿਕ੍ਰਮ ਇੱਕ ਕੁਐਸਚਨ ਤੁਹਾਨੂੰ ਮੈਂ ਪੁੱਛਣਾ ਚਾਹਾਂਗੀ ਜਿਸ ਦਾ ਤੁਹਾਡੀ ਕੈਪ ਦੇ ਉੱਪਰ ਵੀ ਤੁਹਾਡੇ ਬੈਨਡ ਪਾਇਆ ਹੱਥਰੇ ਦੇ ਵਿੱਚ ਵੀ ਤੁਹਾਡੀ ਬਾਈਕ ਤੇ ਵੀ ਹੈਲਮਟ ਤੇ ਵੀ ਇੱਕ ਹੀ ਜਿਹੜਾ ਸਾਨੂੰ ਨਿਸ਼ਾਨ ਨਜ਼ਰ ਆ ਰਿਹਾ ਹੈ ਆ ਜਾਨਣਾ ਚਾਹਾਂਗੀ ਇਹਦਾ ਰਾਜ਼ ਕੀ ਹੈ ਮੈਮ ਇਹ ਮੌਨਸਟਰ એનર્ਜੀ ਦਾ ਟੈਗ ਹੈ ਇੱਕ એનર્ਜੀ ਡਰਿੰਕ ਹੈ ਸੋ ਇਹ ਮਤਲਬ ਕਾਫੀ ਫੇਮਸ એનર્ਜੀ ਡਰਿੰਕ ਹੈ ਪਪੂਲਰ ਹੈ ਕਾਫੀ ਸੋ ਇਹ ਬ੍ਰਾਂਡ ਮੈਨੂੰ ਸਪੋਰਟ ਕਰਦਾ ਹੈ ਇਹ ਦੀ ਸਪਾਂਸਰਸ਼ਿਪ ਹੈ ਮੇਰੇ ਕੋਲ ਮੰਥਲੀ ਇਹ ਮੈਨੂੰ ਆਉਂਦਾ ਜੋ ਵੀ ਹੈ ਸਟਾਕ ਪ੍ਰੋਵਾਈਡ ਕਰਵਾਂਦੇ ਆ ਇਹੀ ਰਾਜ਼ ਇਹਦਾ ਓਕੇ ਕੀ ਬਾਤ ਹੈ ਤਾਂ ਹੀ ਤਾਂ ਤੁਹਾਨੂੰ ਫਿਰ ਇਸ ਤੋਂ ਬਾਅਦ ਜਦੋਂ ਹੋਰ ਵੀ ਆਫਰਸ ਆਉਂਦੀਆਂ ਨੇ ਕਦੀ ਵੱਡੀ ਆਫਰ ਆਈ ਹੈ ਕਿ ਸਾਡੇ ਕੋਲ ਪਰਮਨੈਂਟ ਹੀ ਆ ਜਾਓ ਅ ਮਤਲਬ ਪਰਮਨੈਂਟ ਵਾਲੀ ਇਤਨੀ ਏਦਾਂ ਦੀ ਕੋਈ ਚਾਈ ਐਪਲੀਕੇਸ਼ਨਸ ਤੋਂ ਕਾਫੀ ਮਤਲਬ ਆਂਦੀ ਹੈ ਜਦਾਂ ਕਈ ਇਹਨਾਂ ਦੇ ਐਪਲੀਕੇਸ਼ਨ ਦੇ ਜਦਾਂ ਐਮਐਕਸ ਟਗਟਕ ਹੋ ਗਿਆ ਜਾਂ ਮੌਜ ਹੋ ਗਿਆ ਜਾਂ ਜੋਸ਼ ਹੋ ਗਿਆ ਜਦਾਂ ਵੀਗੋ ਵੀਡੀਓ ਸੀ ਪਹਿਲਾਂ ਮਤਲਬ ਏਦਾਂ ਦੀਆਂ ਜਿਹੜੀਆਂ ਸ਼ਾਰਟ ਵੀਡੀਓ ਐਪ ਹੈਗੀਆਂ ਸੋ ਇਹਨਾਂ ਦੇ ਲਈ ਮੈਨੂੰ ਹਾਇਰ ਕਰਦੇ ਆ ਕਿ ਤੁਸੀਂ ਆਓ ਸਾਡੇ ਲਈ ਸਾਡੇ ਨਾਲ ਕਰੋ ਇਨ ਮਤਲਬ ਇਹ ਜੋ ਵੀ ਇਹ ਵੀਡੀਓ ਵਗੈਰਾ ਮਤਲਬ ਸਾਡੇ ਲਈ ਕ੍ਰੀਏਟ ਕਰੋ ਐਸ ਅ ਵੀਡੀਓ ਕ੍ਰੀਏਟਰ ਸਾਡੇ ਲਈ ਕੰਮ ਕਰੋ ਸੋ ਉਹਨਾਂ ਲਈ ਮੈਂ ਕੰਮ ਕਰ ਰਿਹਾ ਜਿੱਦਾਂ ਆ ਐਮਐਕਸ ਦਾ ਘਟਕ ਦੇ ਉੱਪਰ ਮੈਨੂੰ ਵੈਰੀਫਾਈਡ ਬੈਚ ਮਿਲਿਆ ਹੋਇਆ ਬਲੂ ਟਿਕ ਜੀ ਨੂੰ ਕਹਿ ਦਿੰਦੇ ਆ ਸੋ ਬਸ ਐਦਾਂ ਬਧ ਰਹੇ ਆ ਜੀ ਹਾਲੀਵੁੱਡ ਅੱਗੇ ਬਿਲਕੁਲ ਜੀ ਕਿ ਇਦਾਂ ਹੀ ਬੱਦੇ ਜਾਓ ਤੁਸੀਂ ਹਾਂ ਜੀ ਥੈਂਕ ਯੂ ਜੀ ਬਿਲਕੁਲ ਇੱਕ ਲਾਸਟ ਮੈਸੇਜ ਮੈਮ ਮੈਂ ਦੇਣਾ ਚਾਹੂੰਗਾ ਜਿਹੜੇ ਆਮ ਲੋਕ ਜਿੱਦਾਂ ਆਪਾਂ ਦੇਖਦੇ ਆ ਕਿ ਬਿਨਾ ਹੈਲਮਟ ਤੋਂ ਰਾਈਡ ਕਰਦੇ ਨੇ ਠੀਕ ਹੈ ਜਿੱਦਾਂ ਆਪਾਂ ਹਾਈਵੇਜ਼ ਤੇ ਵੀ ਦੇਖਦੇ ਆ ਕਾਫੀ ਬਾਈਕ ਭਜਾਉਂਦੇ ਨੇ ਜਾਂ ਗੱਡੀਆਂ ਭਜਾਉਂਦੇ ਨੇ ਸੋ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਪਲੀਜ਼ ਤੁਸੀਂ ਜਿੱਦਾਂ ਹਾਈ ਮਤਲਬ ਰਾਈਡ ਨਾ ਕਰੋ ਜਿੱਦਾਂ ਨਾ ਭਜਾਓ ਬਾਈਕਸ ਨੂੰ ਠੀਕ ਹੈ ਜਾਂ ਉਦਾਂ ਗੱਡੀਆਂ ਨੂੰ ਨਾ ਭਜਾਓ ਤੇ ਪ੍ਰੋਪਰ ਸੇਫਟੀ ਦੇ ਨਾਲ ਤੁਸੀਂ ਰੋਡ ਦੇ ਉੱਪਰ ਚੱਲੋ ਕਿਉਂਕਿ ਟ੍ਰੈਫਿਕ ਪੁਲਿਸ ਜੇ ਤੁਹਾਨੂੰ ਰੋਕਦੀ ਹੈ ਤੁਹਾਡਾ ਚਲਾਨ ਹੋ ਸਕਦਾ ਹੈ ਤੇ ਤੁਸੀਂ ਉਸ ਚਲਾਨ ਤੋਂ ਬਚਣ ਦੇ ਵਾਸਤੇ ਹੈਲਮਟ ਨਹੀਂ ਪਾਣਾ ਜਾਂ ਸੀਟ ਬੈਲਟ ਨਹੀਂ ਲਾਣੀ ਸੇਫਟੀ ਯੂਜ਼ ਨਹੀਂ ਕਰਨੀ ਤੁਸੀਂ ਯੂਜ਼ ਕਰਨੀ ਹੈ ਆਪ ਦੀ ਸਿਹਤ ਲਈ ਸੋ ਪੁਲਿਸ ਤੁਹਾਨੂੰ ਨਾ ਰੋਕੇ ਨਾ ਪਰੇਸ਼ਾਨ ਕਰੇ ਸੋ ਤੁਸੀਂ ਪੁਲਿਸ ਦਾ ਸਾਥ ਦਿਓ ਜਿਹੜੇ ਰੋਡ ਦੇ ਸੇਫਟੀ ਰੂਲਸ ਨੇ ਸੋ ਉਹਨਾਂ ਨੂੰ ਤੁਸੀਂ ਫੋਲੋ ਕਰੋ ਪ੍ਰੋਪਰ ਠੀਕ ਹੈ ਸੋ ਮੈਂ ਇਹੀ ਕਹਿਣਾ ਚਾਹੂੰਗਾ ਜੀ ਬਿਲਕੁਲ ਜੀ ਬਹੁਤ ਸੋਹਣੀ ਗੱਲ ਆਖੀ ਅਕਸਰ ਪੰਜਾਬੀ ਕਰਦੇ ਹੀ ਆ ਆ ਕਿ ਦੂਰੋਂ ਨੱਕ ਲੱਗਾ ਹੋਏਗਾ ਨਾ ਪੁਲਿਸ ਦਾ ਦੇਖਣਗੇ ਕਿ ਨੱਕ ਲੱਗਾ ਫਟਾਫਟ ਬੈਲਟ ਲਾ ਲੈਣਗੇ ਬੈਲਟ ਤੁਸੀਂ ਪੁਲਿਸ ਨੂੰ ਦੇਖ ਕੇ ਨਹੀਂ ਲਗਾਉਣੀ ਤੁਸੀਂ ਆਪਣੀ ਸੇਫਟੀ ਲਾਉਣੀ ਆਰ ਇਸ ਤਰ੍ਹਾਂ ਦੇ ਨੌਜਵਾਨਾਂ ਨੂੰ ਜਿਹੜਾ ਜਿਹੜਾ ਪੂਰਾ სპੋਰਟਵੀ ਕਰਨਾ ਹੈ ਔਰ ਇਸ ਇੰਟਰਵਿਊ ਨੂੰ ਸ਼ੇਅਰ ਵੀ ਕਰਨਾ ਤਾਂ ਜੋ ਹਰ ਘਰ ਪਹੁੰਚੇ ਔਰ ਹਰ ਗੱਭਰੂ ਜਿਹੜਾ ਇਸ ਤਰੀਕੇ ਦੇ ਨਾਲ ਅੱਗੇ ਵਧੇ ਔਰ ਵਿਕਰਮ ਹੋਣਾਂ ਦੀ ਵੀ ਜਿਹੜੀ ਹੈ ਬਹੁਤ ਸਾਰੀ ਜਿਹੜੀ ਹੌਸਲਾ ਅਫਜ਼ਾਈ ਹੋਵੇ ਸਹਿਯੋਗੀ ਸਾਥੀ ਕਵਲ ਸਿੰਘ ਕਮਲ ਦੇ ਨਾਲ ਮਨਦੀਪ ਕੌਰ ਸੰਧੂ ਸ